ਜੀ ਵੈਰੀ ਗੁੱਡ ਮਾਰਨਿੰਗ ਜੀ ਸਟੂਡੈਂਟਸ ਤੁਹਾਡਾ ਸਾਰਿਆਂ ਦਾ ਵੈਲਕਮ ਹੈ ਜੀ ਅੱਜ ਦੇ ਸੈਸ਼ਨ ਦੇ ਅੰਦਰ ਅੱਜ ਦਾ ਸੈਸ਼ਨ ਹੈ ਜਿਹੜਾ ਆਪਾਂ ਪ੍ਰੀਵਿਅਸ ਈਅਰ ਕੁਐਸਚਨ ਡਿਸਕਸ ਕਰ ਰਹੇ ਹਾਂ ਜੀ ਜਿਹੜੇ ਵੀ ਪੇਪਰ ਦੇ ਵਿੱਚ ਜਿਵੇਂ ਜੀਕੇ ਦਾ ਸੈਸ਼ਨ ਚੱਲ ਰਿਹਾ ਹੈ ਰੀਜਨਲ ਸੈਸ਼ਨ ਚੱਲ ਰਿਹਾ ਹੈ ਉਵੇਂ ਮੈ ਦਾ ਸੈਸ਼ਨ ਚੱਲ ਰਿਹਾ ਹੈ ਇਹ ਸਾਰੇ ਸੈਸ਼ਨ ਹੋਣ ਤੋਂ ਬਾਅਦ ਹੀ ਆਪਾਂ ਕੰਪਿਊਟਰ ਦੇ ਜਿਹੜੇ ਪ੍ਰੀਵਿਅਸ ਈਅਰ ਕੁਐਸਚਨ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਕਿਸੇ ਪੇਪਰ ਚ 8 ਨੰਬਰ ਦਾ ਹੈ ਕਿਸੇ ਪੇਪਰ ਚ 9 ਨੰਬਰ ਦਾ ਹੈ ਕਿਸੇ ਚ 10 ਦਾ ਉਸ ਪੈਟਰਨ ਦੇ ਹਿਸਾਬ ਨਾਲ ਆਪਾਂ ਸਾਰੇ ਸਵਾਲਾਂ ਨੂੰ ਡ ਤੇ ਇਹਦੇ ਨਾਲ ਦੇ ਜੋ ਵੀ ਡਿਜ਼ਾਇਰਡ ਇਨਫੋਰਮੇਸ਼ਨ ਹੁੰਦੀ ਹੈ ਜਾਂ ਆਪਾਂ ਕਹਿ ਲਵੋ ਐਕਸਟਰਾ ਇਨਫੋਰਮੇਸ਼ਨ ਜੋ ਕਈ ਪੇਪਰਾਂ ਦੇ ਵਿੱਚ ਪੁੱਛੀ ਜਾ ਚੁੱਕੀ ਹੈ ਉਹ ਵੀ ਆਪਾਂ ਇਹਦੇ ਨਾਲ ਡਿਸਕਸ ਕਰਦੇ ਹੁੰਨੇ ਆ ਅਪਰੋਕਸੀਮੇਟਲੀ ਕਿਸੇ ਪੇਪਰ ਤੇ 10 ਸਵਾਲ ਹੁੰਦੇ ਆ ਕਿਸੇ ਦੇ 20 ਹੁੰਦੇ ਆ ਕਿਸੇ ਦੇ 15 ਹੁੰਦੇ ਆ ਉਸ ਚੀਜ਼ ਨੂੰ ਲੈ ਕੇ ਆਪਾਂ ਇਹ ਦੇਖਦੇ ਆ ਤਾਂ ਆਪਣੇ ਕੋਲ ਜੀ ਅੱਜ ਦਾ ਪਹਿਲਾ ਸਵਾਲ ਹੈ ਜੀ ਇਸ ਸੀਰੀਜ਼ ਦੇ ਅੰਦਰ ਅੱਜ ਦੀ ਡਿਸਕਸ਼ਨ ਦੇ ਅੰਦਰ ਕਿ ਕਿਹੜਾ ਸ਼ਾਰਟਕਟ ਹੈ MS Word ਦੇ ਅੰਦਰ ਕੋਈ ਵੀ ਵਰਜਨ ਉਹਦਾ ਰਹਾ 2007 ਹੈ 2015 2014 ਜੋ ਵੀ ਵਰਜਨ ਹੈ ਉਹਦੇ ਪੁੱਛਿਆ ਗਿਆ ਹੈ ਕਿ ਕੰਟਰੋਲ ਪਲਸ ਗ੍ਰੇਟਰ ਥੈਨ ਦਾ ਸਾਈਨ ਹੁੰਦਾ ਹੈ ਜਾਂ ਦੋ ਵਾਰ ਕੰਟਰੋਲ ਪਲਸ ਪਲਸ ਕਰਦੇ ਆਪਾਂ ਜੀ ਜਾਂ ਇੱਕ ਵਾਰ ਕੰਟਰੋਲ ਪਲਸ ਹੁੰਦਾ ਜਾਂ ਕੰਟਰੋਲ ਪਲਸ ਜੇ ਹੁੰਦਾ ਇਹਨਾਂ ਦੇ ਵਿੱਚੋਂ ਕਿਹੜਾ ਸ਼ਾਰਟਕਟ ਵਰਤਿਆ ਜਾਂਦਾ ਤਾਂ ਐਮ ਐਸ ਵਰਡ ਹੋਇਆ ਪਾਵਰਪੁਆਇੰਟ ਹੋਇਆ ਜਾਂ ਆਪਣੇ ਕੋਲ ਐਕਸਲ ਹੋਇਆ ਇਹਨਾਂ ਦੇ ਸ਼ਾਰਟਕਟ ਦੇ ਵਿੱਚੋਂ ਦੋ ਸਵਾਲ ਤਾਂ ਮੰਨ ਕੇ ਚੱਲੋ ਕਿ ਦੋ ਆਂਦੇ ਜਾਂਦੇ ਹੋ ਸ਼ਾਰਟਕਟ ਆਪਾਂ ਜ਼ਰੂਰ ਯਾਦ ਰੱਖਣੇ ਆ ਜਿਵੇਂ ਸਪੈਲਿੰਗ ਦੇ ਰਿਗਾਰਡਿੰਗ ਆਪਾਂ F7 ਕਰਦੇ ਆ ਇੱਥੇ ਇੱਕ ਆਪਸ਼ਨ ਕੰਟਰੋਲ J ਦਿੱਤੀ ਹੋਈ ਹੈ ਇਹ ਆਪਾਂ ਨੂੰ ਜਸਟੀਫਾਈ ਦੇ ਅੰਦਰ ਮਦਦ ਕਰਦੀ ਹੈ ਬਟ ਆਪਾਂ ਨੂੰ ਪੁੱਛਿਆ ਗਿਆ ਕਿ ਇਹਦੇ ਵਿੱਚ ਕਿਹੜਾ ਸਾਈਜ਼ ਵਧਾਏਗਾ ਜਿਹਨੂੰ ਆਪਾਂ ਆਪਸ਼ਨ ਆਪਣੀ ਇੱਥੇ ਇਸ ਤਰੀਕੇ ਦੀ ਉੱਪਰ ਹੁੰਦੀ ਹੈ ਜੀ ਫੌਂਟ ਦੇ ਕੋਲ ਜਾਂ ਫਿਰ A ਆਪਣਾ ਪਾਇਆ ਹੁੰਦਾ ਹੈ ਕਿ ਛੋਟਿਆਂ ਦੇ ਅੰਦਰ ਤਾਂ ਆਪਣੇ ਕੋਲ ਪਹਿਲੀ ਆਪਸ਼ਨ ਕਰੈਕਟ ਬਣਦੀ ਹੈ ਜੀ ਜਿਹਦੇ ਵਿੱਚ ਕੰਟਰੋਲ ਪਲੱਸ ਆਪਾਂ ਗ੍ਰੇਟਰ ਥੈਨ ਸਾਈਨ ਯੂਜ਼ ਕਰਦੇ ਆ ਉਹਦੇ ਨਾਲ ਆਪਾਂ ਦਾ ਜਿਹੜਾ ਫੌਂਟ ਸਾਈਜ਼ ਹੈ ਉਹ ਇਨਕਰੀਜ਼ ਹੋ ਜਾਂਦਾ ਜਿਵੇਂ ਆਪਾਂ ਸਾਰਿਆਂ ਕੰਟਰੋਲ ਪਲੱਸ ਬੀ ਕਰਾਂਗੇ ਤਾਂ ਉਹ ਬੋਲਡ ਹੋ ਜਾਏਗਾ ਜੀ ਇਹ ਸਾਰੇ ਬੇਸਿਕ ਕਈ ਬੱਚਿਆਂ ਨੂੰ ਪਤਾ ਹੁੰਦਾ ਕਈ ਨੂੰ ਨਹੀਂ ਪਤਾ ਹੁੰਦਾ ਜੇ ਆਪਾਂ ਆਈ ਯੂਜ਼ ਕਰਾਂਗੇ ਤਾਂ ਉਹ ਇਟਾਲਿਕ ਹੋ ਜਾਏਗੀ ਜੇ ਆਪਾਂ ਯੂ ਯੂਜ਼ ਕਰਾਂਗੇ ਤਾਂ ਉਹ ਅੰਡਰਲਾਈਨ ਹੋ ਜਾਏਗਾ ਆਪਣੇ ਆਪ ਆਪਣੇ ਗੂਰੂ ਨੇ ਬੀ ਆਈ ਯੂ ਦਿੱਤਾ ਹੋਇਆ ਹੁੰਦਾ ਜੇ ਹੁਣ ਇਹਹੀ ਸਾਈਨ ਉਲਟਾ ਹੋ ਜਾਂਦਾ ਜੀ ਉਲਟੇ ਹੋਣ ਦਾ ਮਤਲਬ ਕੀ ਹੁੰਦਾ ਸੀ ਜਿਹੜਾ ਫੌਂਟ ਸਾਈਜ਼ ਹੈ ਜਿਵੇਂ ਇੱਥੇ ਮੈਨੇ ਨਾਰਮਲ ਸਾਈਜ਼ ਰੱਖਿਆ ਹੋਇਆ ਹੈ ਸਿਰਫ ਨਾਲ ਹੋਰ ਚੀਜ਼ ਲਿਖਣ ਵਾਸਤੇ ਤਾਂ ਇਹਦੇ ਲਈ ਕੋਈ ਆਨਸਰ ਕੀ ਵੀ ਨਹੀਂ ਸਿੱਧਾ ਨਾਲ-ਨਾਲ ਹੀ ਆਪਾਂ ਆਨਸਰ ਤੁਹਾਨੂੰ ਦੇ ਰਹੇ ਆ ਪ੍ਰੈਕਟੀਕਲੀ ਤੁਹਾਡੇ ਤੋਂ ਪੁੱਛ ਕੇ ਕੁਝ ਬੱਚਿਆਂ ਦਾ ਆਨਸਰ ਆ ਵੀ ਰਿਹਾ ਕੁਝ ਬੱਚਿਆਂ ਦਾ ਆਨਸਰ ਸੋਚ ਰਿਹਾ ਵੀ ਕੀ ਹੋ ਸਕਦਾ ਤਾਂ ਇਹਦੇ ਨਾਲ ਕੀ ਹੈ ਜਿਹੜਾ ਆਪਣਾ ਫੌਂਟ ਸਾਈਜ਼ ਹੈ ਉਹ ਕੀ ਹੋ ਜਾਏਗਾ ਜੀ ਡਿਕਰੀਜ਼ ਹੋ ਜਾਏਗਾ ਜੀ ਘਟ ਜਾਏਗਾ ਕੰਟਰੋਲ ਪਲੱਸ ਨਾਲ ਜੇ ਆਪਾਂ ਲੈਸ ਥੈਨ ਵਾਲਾ ਸਾਈਨ ਦੱਬਿਆ ਜੇ ਗ੍ਰੇਟਰ ਥੈਨ ਵਾਲਾ ਦੱਬਿਆ ਤਾਂ ਆਪਣਾ ਜਿਹੜਾ ਸਾਈਜ਼ ਆ ਉਹ ਇਨਕਰੀਸ ਹੋ ਜਾਏਗਾ ਬੋਲਡ ਵਾਲਾ ਆਪਾਂ ਦੇਖ ਲਿਆ ਇਟਾਲਿਕ ਅੰਡਰਸਟੈਂਡਿੰਗ ਵਾਲਾ ਆ ਗਿਆ ਜੀ ਪਲੱਸ ਮਾਈਨਸ ਵਾਲਾ ਆ ਗਿਆ ਇੱਕ ਚੀਜ਼ ਹੋਰ ਐਡੀਸ਼ਨਲ ਇਨਫੋਰਮੇਸ਼ਨ ਜਿਹਨੂੰ ਆਪਾਂ ਕੀਬੋਰਡ ਦੇ ਰਿਗਾਰਡਿੰਗ ਕਹਿ ਦਿੰਨੇ ਆ ਮੋਡੀਫਾਈ ਕੀਜ਼ ਕਈ ਵਾਰ ਪੁੱਛੇ ਜਾਂਦੀਆਂ ਜਿਵੇਂ ਜਿਹੜੀ ਕੰਟਰੋਲ ਹੈ ਇਹ ਵੀ ਮੋਡੀਫਾਈ ਕੀ ਦਾ ਪਾਰਟ ਹੈ ਜਿਹੜੀ ਐਲਟ ਹੈ ਉਹ ਵੀ ਮੋਡੀਫਾਈ ਕੀ ਦਾ ਪਾਰਟ ਹੈ ਠੀਕ ਹੈ ਜੀ ਇਹ ਸਾਰਿਆਂ ਨਾ ਲਾ ਤੀਸਰੀ ਆ ਗਈ ਜੀ ਸ਼ਿਫਟ ਇਹ ਤਿੰਨ ਜਿਹੜੇ ਬਟਨ ਇਹ ਜੇ ਆ ਕੀਬੋਰਡ ਦੇ ਅੰਦਰ ਜੋ ਕਿਸੇ ਨਾ ਕਿਸੇ ਚੀਜ਼ ਨੂੰ ਮੋਡੀਫਾਈ ਕਰਦੇ ਆ ਬਦਲ ਲਾਂਦੇ ਆ ਕੰਟਰੋਲ ਨਾਲ ਆਪਾਂ ਕੋਈ ਬਟਨ ਯੂਜ਼ ਕੀਤਾ ਕੁਝ ਹੋਰ ਬਣ ਗਿਆ ਐਲਟ ਪਲੱਸ ਜੇ ਆਪਾਂ ਐਫ 4 ਦਬਦੇ ਹੋ ਸ਼ਟਡਾਊਨ ਦੀ ਆਪਸ਼ਨ ਆ ਜਾਂਦੀ ਹੈ ਜੀ ਜਾਂ ਵਿੰਡੋ ਬੰਦ ਹੋ ਜਾਂਦੀ ਹੈ ਜੇ ਵਿੰਡੋ ਖੁੱਲੀ ਹੈ ਤਾਂ ਵਿੰਡੋ ਬੰਦ ਹੋ ਜਾਂਦੀ ਹੈ ਵਿੰਡੋ ਨਹੀਂ ਹੈਗੀ ਤਾਂ ਸ਼ਟਡਾਊਨ ਦੀ ਆਪਸ਼ਨ ਆਪਣੇ ਕੋਲ ਸਾਹਮਣੇ ਆ ਜਾਂਦੀ ਹੈ ਸ਼ਿਫਟ ਨਾਲ ਆਪਾਂ ਉੱਪਰ ਲੀਆਂ ਡਾਲਰ ਵਗੈਰਾ ਹੁਜ ਕੀਜ਼ ਨੂੰ ਆਪਾਂ ਪ੍ਰੈਸ ਕਰਦੇ ਆ ਯੂਜ਼ ਕਰਦੇ ਆ ਤਾਂ ਇਹ ਤਿੰਨ ਦਾ ਸਵਾਲ ਵੀ ਪੇਪਰ ਦੇ ਵਿੱਚ ਪਹਿਲਾਂ ਪੁੱਛਿਆ ਗਿਆ ਸੀ ਕਿ ਕਿਹੜੀ ਕੀ ਹੈ ਜਿਹਨੂੰ ਆਪਾਂ ਮੋਡੀਫਾਇਰ ਕੀ ਦੇ ਵਜੋਂ ਯੂਜ਼ ਕਰਦੇ ਆ ਤਾਂ ਆਪਣੇ ਕੋਲ ਕੀ ਹੈ ਜੀ ਕੰਟਰੋਲ ਬਟਨ ਹੈ ਜਿਹੜਾ ਆਪਾਂ ਮੋਡੀਫਾਈ ਲਈ ਯੂਜ਼ ਕਰਦੇ ਆ ਇੱਕ ਜਿਹੜਾ ਐਲਟ ਵਾਲਾ ਬਟਨ ਹੈ ਉਹਨੂੰ ਯੂਜ਼ ਕਰਦੇ ਆ ਤੇ ਇੱਕ ਜਿਹੜਾ ਸ਼ਿਫਟ ਬਟਨ ਹੈ ਉਹਨੂੰ ਆਪਾਂ ਮੋਡੀਫਿਕੇਸ਼ਨ ਵਾਸਤੇ ਯੂਜ਼ ਕਰਦੇ ਆ ਜਾਂ ਫਿਰ ਉਸ ਤੋਂ ਬਾਅਦ ਇੱਕ ਹੋਰ ਆਪਸ਼ਨ ਆਪਣੇ ਕੋਲ ਹੁੰਦੀ ਹੈ ਨੰਮਜ਼ ਲੌਕ ਦੀ ਇੱਕ ਆਪਸ਼ਨ ਹੁੰਦੀ ਹੈ ਠੀਕ ਹੈ ਜੀ ਕੀਬੋਰਡ ਦੇ ਅੰਦਰ ਇੱਥੇ ਇੱਕ ਨੰਬਰ ਵਾਲੀ ਕੀਪੈਡ ਹੁੰਦਾ 1 2 3 ਪੇਜ ਅਪ ਡਾਊਨ ਤਾਂ ਉਹ ਨੰਮ ਲੌਕ ਔਨ ਕਰਕੇ ਆਪਾਂ ਨੰਬਰਿੰਗ ਲੈ ਸਕਦੇ ਆਂ ਆਫ ਕਰਕੇ ਦੂਸਰਾ ਆਪਸ਼ਨ ਉਹ ਯੂਜ਼ ਕਰ ਸਕਦੇ ਆਂ ਉਹ ਵੀ ਇੱਕ ਮੋਡੀਫਿਕੇਸ਼ਨ ਦਾ ਪਾਰਟ ਹੁੰਦਾ ਵੀ ਪਹਿਲਾ ਕੰਮ ਇੱਕ ਸੀ ਉਹਨੂੰ ਦੁਬਾਰਾ ਦੱਬ ਕੇ ਕੁਝ ਹੋਰ ਕੰਮ ਆਪਾਂ ਉਹ ਤੋਂ ਲੈ ਲਿਆ ਏ ਸੀ ਜੀ ਅੱਜ ਦਾ ਪਹਿਲਾ ਸਵਾਲ ਦੂਸਰੇ ਸਵਾਲ ਵੱਲੀ ਚੱਲਦੇ ਆ ਇਹ ਮੋਸਟ ਇੰਪੋਰਟੈਂਟ ਸਵਾਲ ਆ ਚਾਹੇ ਤਾਂ ਇਹ ਮੈਮਰੀ ਦੇ ਵਾਸਤੇ ਪੁੱਛ ਲਿਆ ਜਾਵੇ ਜਿਵੇਂ ਦੇ ਵਿੱਚ ਕੀ ਲਿਖਿਆ ਹੈ ਵੀ ਇਹਨਾਂ ਦੇ ਵਿੱਚੋਂ ਕਿਹੜੀ ਮੈਮਰੀ ਜ਼ਿਆਦਾ ਹੈ ਠੀਕ ਹੈ ਜੀ ਪਹਿਲਾ ਆਪਸ਼ਨ ਹੈ ਪੀਬੀ ਲਿਖਿਆ ਹੋਇਆ ਦੂਸਰਾ ਆਪਸ਼ਨ ਈਬੀ ਲਿਖਿਆ ਹੋਇਆ ਤੀਸਰਾ ਜ਼ेडਬੀ ਲਿਖਿਆ ਹੋਇਆ ਚੌਥਾ ਆਪਸ਼ਨ ਵਾਈਬੀ ਲਿਖਿਆ ਹੋਇਆ ਜਿਵੇਂ ਕਿ ਆਪਾਂ ਇਹਦਾ ਸ਼ਾਰਟਕਟ ਦੇ ਤੁਸੀਂ ਪਹਿਲਾਂ ਕਲਾਸਾਂ ਲਗਾਈਆਂ ਹੋਣ ਇਹਦੇ ਵਿੱਚ ਆਪਾਂ ਇਹ ਸ਼ਾਰਟਕਟ ਬਣਾਇਆ ਸੀ B K M G T P G ਐਂਡ B G ਇਹ ਆਪਾਂ ਇੱਕ ਸ਼ਾਰਟਕੱਟ ਬਣਾਇਆ ਸੀ ਨੂੰ ਯਾਦ ਰੱਖਣ ਵਾਸਤੇ ਮੈਮੋਨਿਕਸ ਕੋਡ ਕਹ ਲਓ ਠੀਕ ਹੈ ਜੀ ਇਹਦੇ ਅੰਦਰ ਜੇ ਆਪਾਂ ਗੱਲ ਕਰੀਏ ਆਪਣੇ ਕੋਲ ਇੱਕ GB ਦੀ ਆਪਸ਼ਨ ਆਂਦੀ ਹੈ ਖਰੇ ਇਹਦੇ ਵਿੱਚ ਤਾਂ ਹੈ ਨਹੀਂ ਤੁਸੀਂ ਦੇਖੋ ਇਹਨੂੰ ਕਹਿੰਦੇ ਆ ਜੀ ਗੀਗਾਬਾਈਟ ਲੇਕਿਨ ਇੱਕ ਜੀ ਨੂੰ ਜੋਪ ਵੀ ਕਹਿੰਦੇ ਆ ਜਿਹੜੀ ਜੀ ਆਪਾਂ ਨੂੰ ਉਰੇ ਨਜ਼ਰ ਆ ਰਹੀ ਹੈ ਆ ਲਾਸਟ ਵਾਲੇ ਜਿਹੜੇ ਜੀ ਹੈ ਉਹ ਜਵਾਬ ਦਾ ਅਨਸਰ ਹੈ ਤਾਂ ਇਸੇ ਕਰਕੇ ਮੈਂ ਬੱਚਿਆਂ ਨੂੰ ਇਹ ਸ਼ਾਰਟਕਟ ਯਾਦ ਕਰਵਾਇਆ ਸੀ ਕਿ ਉੱਥੇ ਕਨਫਿਊਜ਼ਨ ਨਹੀਂ ਹੋਣੀ ਚਾਹੀਦੀ ਹੁਣ ਤੁਸੀਂ ਸੀਰੀਜ਼ ਦੇ ਵਿੱਚ ਦੇਖ ਸਕਦੇ ਹੋ ਕਿ ਆਪਣੇ ਕੋਲ ਪਹਿਲਾ ਆਪਸ਼ਨ ਪੀ ਵਾਲਾ ਕਿਹੜਾ ਜੀ ਇੱਕ ਤਾਂ ਆਪਸ਼ਨ ਆ ਦਿੱਤੀ ਵੀ ਹੈ ਜੀ ਆਪਾਂ ਇਹਨੂੰ ਸਰਕਲ ਕਰ ਲੈਂਦੇ ਹਾਂ ਉਸ ਤੋਂ ਬਾਅਦ ਈ ਵਾਲੀ ਆਪਸ਼ਨ ਦਿੱਤੀ ਵੀ ਹੈ ਜੀ ਚਲੋ ਆਹ ਵਾਲੀ ਆਪਸ਼ਨ ਦਿੱਤੀ ਵੀ ਹੈ ਫਿਰ ਜ਼ੈਡ ਦਿੱਤਾ ਲੋ ਜੀ ਦਾ ਪੂਰਾ ਕੁੜ ਹੀ ਗਿਵਨ ਹੈ ਹੁਣ ਆਪਾਂ ਨੂੰ ਪਤਾ ਹੈ ਕਿ ਆਪਾਂ ਜਿਹੜੇ ਇੱਧਰ ਜਾ ਰਹੇ ਹਾਂ ਤਾਂ ਕਾਦੇ ਕਾਦੇ ਕਰਮਾ ਵਾਲੀ ਜਾ ਰਹੇ ਕਿਹੜੇ ਕਰਮਾ ਵਾਲੀ ਜਾ ਰਹੇ ਆਪਾਂ ਵਰਦੇ ਕਰਮ ਲਈ ਜਾ ਰਹੇ ਹਾਂ ਇਨਕਰੀਜ਼ਿੰਗ ਆਰਡਰ ਦੇ ਵਿੱਚ ਜਾ ਰਹੇ ਹਾਂ ਤਾਂ ਆਪਾਂ ਨੂੰ ਇੱਥੇ ਪਤਾ ਲੱਗ ਚੁੱਕਿਆ ਜੀ ਕਿ ਜਿਹੜਾ ਵਾਈ ਵਾਲਾ ਆਨਸਰ ਹੈ ਜੀ ਇਹ ਕਰੈਕਟ ਆਨਸਰ ਹੈ ਤਾਂ ਇਹ ਇੱਕ ਹੋਰ ਪੇਪਰ ਜਿਹੜਾ ਪ੍ਰੀ ਟੈਪ ਪਲੱਸ ਬੀ ਦਾ ਆਪਾਂ ਡਿਸਕਸ ਕੀਤਾ ਸੀ ਉਹਦੇ ਅੰਦਰ ਮਾਰਨਿੰਗ ਸ਼ਿਫਟ ਦਾ ਸਵਾਲ ਸੀ ਉਹਦੇ ਅੰਦਰ ਇਹੀ ਯੂਨਿਟ ਸੀਗੀਆਂ ਯੂਨਿਟ ਇਹੀ ਸੀਗੀਆਂ ਲੇਕਿਨ ਉਹ ਸਪੀਡ ਕਾਦੇ ਵਿੱਚ ਪੁੱਛੀ ਗਈ ਸੀ ਉਹ ਇੰਟਰਨੈਟ ਦੀ ਸਪੀਡ ਬਾਰੇ ਪੁੱਛਿਆ ਗਿਆ ਸੀ ਠੀਕ ਹੈ ਜੀ ਜੇ ਹੁਣ ਮੀਟਰ ਆ ਸੈਂਟੀਮੀਟਰ ਆਪਾਂ ਨੂੰ ਪਤਾ ਹੀ ਹੈ ਜੀ ਮੀਟਰ ਵੱਡਾ ਤਾਂ ਯੂਨਿਟ ਤਾਂ ਸੇਮ ਹੀ ਰਹੂ ਚਾਹੇ ਮੀਟਰ ਕਿਸੇ ਲਈ ਵੀ ਯੂਜ਼ ਕਰ ਲਓ ਚਾਹੇ ਰੋਡ ਲਈ ਯੂਜ਼ ਕਰ ਲਓ ਚਾਹੇ ਕੱਪੜੇ ਲਈ ਯੂਜ਼ ਕਰ ਲਓ ਚਾਹੇ ਵਾਇਰ ਲਈ ਯੂਜ਼ ਕਰ ਓਵੇਂ ਜਿਹੜੇ ਆ ਪੈਟ ਆ ਐਗਜ਼ਾ ਜੋਟਾ ਜ਼ਾਟਾ ਜਿਹੜੀ ਇਹ ਚੀਜ਼ਾਂ ਯੂਜ਼ ਕੀਤੀਆਂ ਜਾਂਦੀਆਂ ਇਹ ਸਾਰਿਆਂ ਲਈ ਯੂਜ਼ ਕੀਤਾ ਨੇ ਬਾਈਟ ਕਿਲੋਬਾਈਟ ਮੈਗਾਬਾਈਟ ਗੀਗਾ ਟੈਰਾ ਠੀਕ ਹੈ ਇਹ ਸਮਝਾਤਾ ਆ ਜਿਹੜੀ ਬੀ ਦਿੱਤੀ ہوئی ਹੈ ਇਹਦੇ ਨਾਲ ਕਨਫਿਊਜ਼ ਨਹੀਂ ਹੋਣਾ ਇਹਨੂੰ ਬਰੋਂਟੋ ਕਹਿੰਦੇ ਆ ਬੀ ਆਰਓ ਐਨਟੀਓ ਇਥੋਂ ਤੱਕ ਕਿਸੇ ਨੂੰ ਕੋਈ ਕਨਫਿਊਜ਼ਨ ਹੈ ਕੋਈ ਚੀਜ਼ ਨਹੀਂ ਸਮਝ ਆਈ ਤਾਂ ਤੁਸੀਂ ਪੁੱਛ ਸਕਦੇ ਹੋ ਪਰ ਇਹ ਜਿਹੜਾ ਸ਼ਾਰਟਕਟ ਹੈ ਸਟੂਡੈਂਟਸ ਇਹਨੂੰ ਨਾਲ-ਨਾਲ ਲਿਖ ਲਓ so that ਤੁਹਾਡੇ ਜਿੰਨੇ ਵੀ ਸਵਾਲ ਹੋਣਗੇ ਪੇਪਰ ਦੇ ਵਿੱਚ ਆਉਣ ਲਈ ਉੱਥੇ ਤੁਹਾਨੂੰ ਹੈਲਪ ਮਿਲ ਜਾਏਗੀ ਇਸ ਕੋਡ ਦੇ ਹਿਸਾਬ ਨਾਲ ਕਿਸੇ ਨੂੰ ਕੋਈ ਡਾਊਟ ਆ ਦੱਸੋ ਜੀ ਫਿਰ ਆਪਾਂ ਅਗਲੇ ਸਵਾਲ ਤੱਕ ਚੱਲਦੇ ਹਾਂ ਤੀਸਰਾ ਸਵਾਲ ਜੀ ਜਿਹੜਾ ਆਪਾਂ ਹਮੇਸ਼ਾ ਮੰਨ ਕੇ ਚੱਲਦੇ ਆਂ ਕਿ ਕੰਪਿਊਟਰ ਸਿਕਿਉਰਿਟੀ ਜਿਵੇਂ ਕਿ ਆਪਾਂ ਪੈਟਰਨ ਦੀ ਗੱਲ ਹਮੇਸ਼ਾ ਜੀ ਮੈਂ ਆਪਦੀ ਕਲਾਸ ਦੇ ਵਿੱਚ ਕੀਤੀ ਹੈ ਇੰਨੇ ਤੁਸੀਂ ਕੁਸ਼ਨ ਰੀਡ ਕਰ ਸਕਦੇ ਹੋ ਪੈਟਰਨ ਦਾ ਕੀ ਹੈ ਕਿ ਪ੍ਰੀਵੀਅਸ ਈਅਰ ਕੁਸ਼ਨ ਦਾ ਇੱਕ ਪੈਟਰਨ ਹੁੰਦਾ ਹੈ ਜੀ ਐਮਸੀਕਿਊ ਦਾ ਇੱਕ ਪੈਟਰਨ ਹੁੰਦਾ ਨਾਲ ਇੱਕ ਲੈਵਲ ਹੁੰਦਾ ਕਰਨ ਨੂੰ ਕਿੰਨੇ ਵੀ ਕੁਸ਼ਨ ਕਰੀ ਜਾਓ ਈਜ਼ੀ ਤੋਂ ਡਿਫਿਕਲਟ ਕਰੀ ਜਾਓ ਬਟ ਉਹ ਪੈਟਰਨ ਹੈ RAM ROM ਦਾ ਇੱਕ ਪੈਟਰਨ ਹੈ ਕਿ ਉਹ ਤੋਂ ਸਵਾਲ ਆਣਾ ਹੈ ਇੰਟਰਨੈਟ ਤੋਂ ਸਵਾਲ ਆਣਾ ਹੈ ਕੰਪਿਊਟਰ ਜਿਹੜੀ ਸਿਕਿਉਰਿਟੀ ਹੈ ਇਹ ਤੋਂ ਸਵਾਲ ਆਣਾ ਜਿਵੇਂ ਆ ਤੁਹਾਡੇ ਸਾਹਮਣੇ ਪਿਆ ਹੈ ਇਹਨਾਂ ਦੇ ਵਿੱਚੋਂ ਮੋਨੀਟਰ ਦੀ ਐਕਟੀਵਿਟੀ ਜਿਵੇਂ ਆ ਸਕਰੀਨ ਦੇ ਉੱਪਰ ਸਭ ਕੁਝ ਚੱਲ ਰਿਹਾ ਹੈ ਕਿਹੜਾ ਚੀਜ਼ ਹੈ ਜਿਹੜੀ ਮੋਨੀਟਰ ਦੀ ਐਕਟੀਵਿਟੀ ਨੋਟ ਕਰਦਾ ਹੈ ਤੇ ਉਹਨੂੰ ਟਰਾਂਸਮਿਟ ਕਰਦਾ ਇਨਫੋਰਮੇਸ਼ਨ ਕਿਸੇ ਹੋਰ ਪਰਸਨ ਕੋਲੇ ਹੁਣ ਜਿਹੜੀ ਮਾਲਵੇਅਰ ਹੈ ਮਾਲਵੇਅਰ ਵਰਡ ਦਾ ਮਤਲਬ ਇਹੀ ਕੀ ਹੋ ਗਿਆ ਬੈਡ ਐਕਟੀਵਿਟੀਜ਼ ਹੋ ਗਈਆਂ ਜਦੋਂ ਮੰਨ ਲਓ ਮੈਲ ਪ੍ਰੈਕਟਿਸਿਸ ਕਹਤਾ ਉਹ ਵੀ ਕੀ ਹੋਊਗਾ ਕਿ ਗਲਤ ਕੰਮ ਹੋ ਗਏ ਮੈਲ ਵਰਡ ਹੀ ਇੱਕ ਨੈਗੇਟਿਵ ਵਰਡ ਹੈ ਐਡਵੇਅਰ ਕੀ ਹੋ ਗਿਆ ਜੀ ਹੁਣ ਆਪਾਂ ਕੋਈ ਐਪ ਖੋਲਦੇ ਆ ਉਹਦੇ ਉੱਪਰ ਕੇ ਕੋਈ ਕਲਿੱਕ ਕਰਨ ਲਈ ਆ ਜਾਂਦਾ ਜਾਂ ਕੋਈ ਸਵੀਗੀ ਵਾਲਾ ਆ ਗਿਆ ਜਾਂ ਕੋਈ ਜ਼ੋਮੈਟੋ ਵਾਲਾ ਆ ਗਿਆ ਉਹ ਇੱਕ ਤਰ੍ਹਾਂ ਦਾ ਐਡਵੇਅਰ ਆ ਗਿਆ ਜਾਂ ਆਪਾਂ ਕੋਈ ক্রিকেট ਦੀ ਵੈਬਸਾਈਟ ਖੋਲਦੇ ਆ ਜਾਂ ਆਪਾਂ ਉਹ ਵਿਨਜ਼ੋ ਐਪ ਕਈ ਵਾਰ ਆ ਜਾਂਦੀ ਹੈ ਜਾਂ ਉਪੀ ਕਰਕੇ ਆ ਜਾਂਦਾ ਰੰਮੀ ਕੋਈ ਗੇਮਸ ਵਾਲਾ ਆਪਣੇ ਆਪ ਐਡਵਰਟਾਈਜ਼ਮੈਂਟ ਚੱਲਦੀ ਰਹਿੰਦੀ ਹੈ ਉਹਨੂੰ ਆਪਾਂ ਐਡਵੇਅਰ ਕਹਿੰਦੇ ਆ ਸਪੈਮ ਕਿਹਨੂੰ ਕਹਿੰਦੇ ਆ ਜੋ ਕੋਈ ਫਾਈਲ ਆਪਣੇ ਲਈ ਸਹੀ ਨਹੀਂ ਹੁੰਦੀ ਉਹ ਸਪੈਮ ਦੇ ਵਿੱਚ ਚਲੀ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਸਪਾਈ ਮੀਨਜ਼ ਜਾਸੂਸ ਹੁਣ ਇਸ ਲਾਈਨਾਂ ਦੇਖੋ ਕਿ ਯੂਜ਼ਰ ਦੀ ਐਕਟੀਵਿਟੀ ਨੂੰ ਨੋਟ ਕੀਤਾ ਜਾ ਰਿਹਾ ਹੈ ਤੇ ਕਿਸੇ ਨੂੰ ਬੈਕਗ੍ਰਾਉਂਡ ਤੋਂ ਦੇਖਿਆ ਜਾ ਰਿਹਾ ਹੈ ਤੇ ਕਿਸੇ ਕੋਲ ਭੇਜਿਆ ਜਾ ਰਿਹਾ ਹੈ ਤਉਨੂੰ ਸਪਾਈਵੇਅਰ ਕਹਿੰਦੇ ਆ ਜਿਵੇਂ ਕਿ ਸਰਕਾਰ ਨੇ ਇਜ਼ਰਾਈਲ ਦਾ ਸੌਫਟਵੇਅਰ ਪੈਗਸਸ ਨੂੰ ਯੂਜ਼ ਕੀਤਾ ਸੀ ਕੁਝ ਐਡੀਟਰਸ ਵਾਸਤੇ ਕੁਝ ਹੋਰ ਵਦੂਦਿਆਂ ਉਹਨਾਂ ਦਾ ਕਹਿਣਾ ਸੀ ਨਿਊਜ਼ ਆਈ ਸੀ ਉਹਦੇ ਹੱਲੇ ਪ੍ਰਮਾਨਤਾ ਆਈ ਨਹੀਂ ਤਾਂ ਆਪਾਂ ਉਸ ਤਰੀਕੇ ਨਾਲ ਹੀ ਇਹਨੂੰ ਯੂਜ਼ ਕਰ ਰਹੇ ਆ ਨਿਊਜ਼ ਨੂੰ ਜਾਂ ਇਸ ਸੌਫਟਵੇਅਰ ਨੂੰ ਕਿ ਸਪਾਈਵੇਅਰ ਬੜੇ ਤਰੀਕੇ ਦੇ ਸੌਫਟਵੇਅਰ ਹੁੰਦੇ ਆ ਜੋ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਜਿਵੇਂ ਕਿ ਅ ਬੱਚਿਆਂ ਲਈ Gmail ਲਾਇਕ ਅਕਾਊਂਟ ਬੰਦ ਹੈ ਤੁਸੀਂ ਬੱਚਿਆਂ ਲਈ ਅਕਾਊਂਟ ਬਣਾ ਸਕਦੇ ਈਮੇਲ ਆਈਡੀ ਦਾ ਉਹਦੇ ਲਈ ਲੌਗਇਨ ਕਰਕੇ ਦੇ ਸਕਦੇ ਜਿਵੇਂ ਬੱਚੇ 8th ਹੈ 9th ਦਾ 10th ਹੈ ਠੀਕ ਹੈ ਜੀ ਉਹਦੇ ਵਿੱਚ ਉਹ 18 ਦੇ ਤਾਂ ਨਹੀਂ ਹੋਏ ਤੁਸੀਂ ਉਹਨਾਂ ਦੀ ਐਕਟੀਵਿਟੀਜ਼ ਨੂੰ ਆਪਦੇ Gmail ਅਕਾਊਂਟ ਤੋਂ ਦੇਖ ਸਕਦੇ ਹੋ ਕਿਡਜ਼ ਅਕਾਊਂਟ ਤੋਂ ਤੁਸੀਂ ਉਹਨੂੰ ਵਾਚ ਕਰ ਸਕਦੇ ਹੋ ਉਹ ਸਪਾਈਵੇਅਰ ਦਾ ਕੰਮ ਤਾਂ ਨਹੀਂ ਕਰੇਗਾ ਤੁਹਾਨੂੰ ਪਰ ਇਨਫਰਮੇਸ਼ਨ ਦੇ ਦੇਗਾ ਕਿ ਬੱਚੇ ਨੇ ਕਿਹੜੀ ਸਾਈਟ ਖੋਲੀ ਹੋਈ ਹੈ ਆ YouTube ਤੇ ਕੀ ਮਟੀਰੀਅਲ ਹੈ ਕਿ ਕਿਸ ਤਰੀਕੇ ਦੇ ਚੀਜ਼ਾਂ ਨੂੰ ਉਹ ਜਾ ਰਿਹਾ ਹੈ इवन ਤੁਸੀਂ ਉਹਦਾ ਜਿਹੜਾ ਜੀਪੀਐਸ ਹੈ ਉਹ ਵੀ ਚੀਜ਼ਾਂ ਉਹਦੇ ਨਾਲ ਟਰੈਕ ਹੁੰਨੇ ਪਰ ਜਿਹੜੀ ਅਥਾਰਟੀ ਹੁੰਦੀ ਉਸੀ Gmail ID ਦੀ ਉਹ ਤੁਹਾਡੇ ਕੋਲ ਹੁੰਦੀ ਹੈ Gmail ਦੀ ਜਿਹੜਾ ਤੁਸੀਂ ਉਸ ਦੂਸਰੇ ਬੱਚੇ ਦੇ ਫੋਨ ਦੇ ਵਿੱਚ ਲੌਗਇਨ ਕਰਕੇ ਦਿੱਤਾ ਹੋਇਆ ਏਸ ਕੁਐਸਚਨ ਦੇ ਰਿਗਾਰਡਿੰਗ ਜਿਹੜੀ ਇਨਫੋਰਮੇਸ਼ਨ ਸਮਝ ਆ ਗਈ ਜੀ ਸਾਰਿਆਂ ਨੂੰ ਇੱਕ ਵਾਰ ਅਪਲਾਈ ਕਰਕੇ ਦੱਸੋ ਜੀ ਥੰਬਸ ਅਪ ਕਰਕੇ ਦੱਸੋ ਮੈਲਵੇਅਰ ਹੈ ਐਡਵੇਅਰ ਹੈ ਸਪਾਈਵੇਅਰ ਹੈ ਸਪਾਇਮ ਹੈ ਸਾਨੂੰ ਚਾਰਾਂ ਦੇ ਬਾਰੇ ਵਿੱਚ ਦੱਸ ਚੁੱਕੇ ਹਾਂ ਕੁਏਸ਼ਨ ਨੂੰ ਕੋ ਡਾਊਟ ਆ ਦਿੱਕਤ ਪਰੇਸ਼ਾਨੀ ਤਾਂ ਪਲੀਜ਼ ਦੱਸ ਦੋ ਤੇ ਆ ਪੈਟਰਨ ਨੂੰ ਹਮੇਸ਼ਾ ਫੋਲੋ ਕਰਕੇ ਚੱਲਿਓ so that ਆਪਾਂ ਉਹਤੇ ਸਾਰੇ ਤੋਂ ਸਾਰੇ ਕੁਏਸ਼ਨ ਆਪਾਂ ਕਲੀਅਰ ਕਰਕੇ ਆਈ ਇਹ ਵੀ ਪੈਟਰਨ ਦਾ ਪਾਰਟ ਹੈ ਜਿਹਨੂੰ ਆਪਾਂ ਕਹਿ ਦਿੰਨੇ ਆ ਜੀ ਐਬ੍ਰੀਵੀਏਸ਼ਨ ਜਿਹਨੂੰ ਆਪਾਂ ਫੁੱਲ ਫਾਰਮ ਦਾ ਪਾਰਟ ਕਹਿ ਦਿੰਨੇ ਆ ਪਿਛਲੇ ਪੇਪਰ ਦੇ ਵਿੱਚ ਆਈਐਸਪੀ ਬਾਰੇ ਪੁੱਛਿਆ ਗਿਆ ਸੀ एएलयू बारे पूछा गया ਸੀ بیسਿਕ ਇੱਕ ਡੈਫੀਨੇਸ਼ਨ ਕਹਿ ਲੋ ਫੁੱਲ ਫਾਰਮ ਕਹਿ ਲੋ ਐਕਰੋਨਿਮ ਕਹਿ ਲੋ ਐਬ੍ਰਿਵੀਏਸ਼ਨ ਕਹਿ ਲੋ ਇਹ ਆਣੀ ਆਨੇ ਪੇਪਰ ਚ ਕਿਉਂਕਿ ਗਵਰਨਮੈਂਟ ਦੀ ਪਾਲਿਸੀ ਦੇ ਹਿਸਾਬ ਨਾਲ ਜਿਹੜਾ ਆਈਸੀਟੀ ਸਿਲੇਬਸ ਲਿਖਿਆ ਜਿਹਨੂੰ ਆਪਾਂ ਇਨਫੋਰਮੇਸ਼ਨ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ ਕਹਿ ਦਿੰਨੇ ਆ ਜਾਂ ਫਿਰ ਆਪਾਂ ਕੰਪਿਊਟਰ ਦੀ ਬੇਸਿਕ ਨੌਲੇਜ ਕਹਿ ਦਿੰਨੇ ਆ ਇਹ ਆਣੀ ਆਣੀ ਹੈ ਜੀ ਇਹ ਤੇ ਸਾਇੰਸ ਇਹ ਹਰ ਇੱਕ ਪੇਪਰ ਦਾ ਡਾਇਰੈਕਟਲੀ ਇਨਡਾਇਰੈਕਟਲੀ 파ਟ ਬਣ ਚੁੱਕਿਆ ਉਹਦੇ ਵਿੱਚ ਐਬ੍ਰੀਵੀਏਸ਼ਨ ਆਏਗੇ ਡੀਐਨਐਸ ਜਿਵੇਂ ਡੀਐਨਐਸ ਦਾ ਆ ਸਕਦਾ ਤੁਹਾਨੂੰ ਯੂਆਰਐਲ ਦਾ ਆ ਸਕਦਾ ਜੀ ਟੀਐਲਡੀ ਦਾ ਆ ਸਕਦਾ ਇਹ ਸਾਰੀਆਂ ਇੰਟਰਨੈਟ ਦੇ ਨਾਲ ਜੁੜੀਆਂ ਹੋਈਆਂ ਨੇ ਪ੍ਰੋਟੋਕੋਲ ਦਾ ਆ ਸਕਦਾ ਜੀ ਪੀਓਪੀ ਇਹ ਸਾਰਾ ਉਸੇ ਦਾ ਪਾਰਟ ਹੈ ਹੁਣ ਡੋਮੇਨ ਨੇਮ ਸਿਸਟਮ ਹੁੰਦਾ ਜੀ ਡੋਮੇਨ ਨੇਮ ਸਿਸਟਮ ਠੀਕ ਆ ਆ ਵੀ ਲਾਈਨ ਗਲਤ ਹੈ ਸਿਕਿਉਰਿਟੀ ਵਾਲੀ ਸਰਵਿਸ ਵੀ ਗਲਤ ਹੈ ਜੀ ਡੋਮੇਨ ਨੰਬਰ ਸਿਸਟਮ ਵੀ ਗਲਤ ਹੈ ਡੋਮੇਨ ਨੇਮ ਸਿਸਟਮ ਹੁੰਦਾ ਜਿਵੇਂ ਯੂਆਰਐਲ ਦਾ ਹੁੰਦਾ ਜੀ ਯੂਨੀਫਾਰਮ ਰਿਸੋਰਸ ਲੋਕੇਟਰ ਹੁੰਦਾ ਜੀ ਜਿਵੇਂ ਆਪਾਂ www.google.com ਇਹਨਾਂ ਲਗਾਨੇ ਟਾਪ ਲੈਵਲ ਡੋਮੇਨ ਜਿਵੇਂ ਆਪਾਂ ਇੰਡੀਆ ਦਾ ਕੋਡ ਲਗਾਇਆ .in ਅਮਰੀਕਾ ਦਾ ਆਪਾਂ .com ਲਾਇਆ ਯੂਐਸ ਕਮਰਸ਼ੀਅਲ ਯੂਐਸਏ ਲੇ ਯੂਜ਼ ਹੁੰਦਾ ਹੈ ਪੀਓਪੀ ਹੁੰਦਾ ਹੈ ਪੋਸਟ ਆਫਿਸ ਪ੍ਰੋਟੋਕੋਲ ਹੁੰਦਾ ਹੈ ਜਾਂ ਫਿਰ ਆਪਾਂ ਜਿਹੜੀ ਈਮੇਲ ਆਈਡੀ ਲਈ ਯੂਜ਼ ਕਰਦੇ ਆ ਐਸਐਮਟੀਪੀ ਇਹ ਵੀ ਪੇਪਰ ਦਾ ਪਾਰਟ ਹੈ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਕਲਾਸੇ ਦੇ ਵਿੱਚ ਡਿਸਕਸ ਕਰਦੇ ਆ ਸੈਸ਼ਨ ਦੇ ਦੌਰਾਨ ਡਿਸਕਸ ਕਰਦੇ ਆ ਜੋ ਪੇਪਰ ਦੇ ਵਿੱਚ ਆਂਦਾ ਹੀ ਜਾਂਦਾ ਹੈ ਠੀਕ ਹੈ ਜੀ ਬਹੁਤ ਸਾਰੀਆਂ ਇਨਫੋਰਮੇਸ਼ਨ ਆ ਬਹੁਤ ਸਾਰੀਆਂ ਫਾਈਲਸ ਨੂੰ ਕਲੀਅਰ ਹੋ ਚੁੱਕੀਆਂ ਐ ਏ ਤੋਂ ਲੈ ਕੇ ਜ਼ेड ਤੱਕ ਇੱਕ ਐਬ੍ਰੀਵੀਏਸ਼ਨ ਦੀ ਫਾਈਲ ਹੈ ਜੋ ਸਾਡੇ ਟੈਲੀਗ੍ਰam ਚੈਨਲ ਤੇ ਅਵੇਲੇਬਲ ਹੈ ਆਲਦੋ ਇੰਟਰਨੈਟ ਤੇ ਵੀ ਅਵੇਲੇਬਲ ਹੈ ਤੁਸੀਂ ਉੱਥੋਂ ਵੀ ਲੱਭ ਸਕਦੇ ਹੋ ਕੋਈ ਫੋਰਸਫੁੱਲ ਹੀ ਨਹੀਂ ਇੱਥੇ ਅਵੇਲੇਬਲ ਹੈ ਇਹ ਤੋਂ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਏ ਤੋਂ ਲੈ ਕੇ ਜ਼ेड ਤੱਕ ਫਾਈਲ ਹੈ ਜਿੰਨੀਆਂ ਵੀ ਐਬ੍ਰੀਵੀਏਸ਼ਨਸ ਬਣਦੀਆਂ ਐ ਐਗਜ਼ਾਮਪਲ ਆਪਾਂ ਲੈ ਕੇ ਚੱਲਦੇ ਹਾਂ ਤੁਸੀਂ ਸਾਰੇ ਦੱਸਿਓ ਜਿਵੇਂ ਏਟੀਐਮ ਬਾਰੇ ਪੁੱਛਿਆ ਏਟੀਐਮ ਬਾਰੇ ਪੁੱਛਿਆ ਤੁਹਾਨੂੰ ਏਟੀਐਮ ਬਾਰੇ ਕੀ ਪੁੱਛਿਆ ਏਟੀਐਮ ਦੀ ਫੁੱਲ ਫਾਰਮ ਪੁੱਛਿਆ ਤੁਸੀਂ ਸਾਰੇ ਬੱਚੇ ਕੀ ਕਹੋਗੇ ਜੀ ਕਿ ਜੀ ਏਟੀਐਮ ਦੀ ਫੁੱਲ ਫਾਰਮ ਤਾਂ ਐਨੀ ਟਾਈਮ ਅਨੇ ਵੀ ਹੋ ਸਕਦੀ ਹੈ ਆਟੋਮੈਟਿਕ ਟੈਲਰ ਮਸ਼ੀਨ ਵੀ ਹੋ ਸਕਦੀ ਹੈ ਲੇਕਿਨ ਇੰਟਰਨੈਟ ਦੀ ਟੈਕਨੋਲੋਜੀ ਦੇ ਵਿੱਚ ਇਹਨੂੰ ਕੀ ਕਹਿੰਦੇ ਆ ਜੀ ਅਸਿੰਕਰੋਨਸ ਮੋਡ ਕਹਿੰਦੇ ਆ ਅਸਿੰਕਰੋਨਸ ਟ੍ਰਾਂਸਫਰ ਮੋਡ ਅਸਿੰਕਰੋਨਸ ਟਾਂਸਫਰ ਮੋਡ ਜਿਵੇਂ ਕਿ ਤੁਸੀਂ ਮੇਰੇ ਨਾਲ ਸਾਹਮਣੇ ਸਾਹਮਣੇ ਜੁੜੇ ਹੋਏ ਆ ਮੰਨ ਲਓ ਨਾਲ ਨਾਲ ਟੀਵੀ ਵੀ ਚੱਲ ਰਿਹਾ ਸਪੋਜ਼ ਆਪਾਂ ਉਥੇ ਨਹੀਂ ਜੁੜੇ ਹੋਏ ਨਾਲ ਨਾਲ ਹੋਰ ਬਹੁਤ ਸਾਰੇ ਚੀਜ਼ਾਂ ਚੱਲ ਰਹੀਆਂ ਨੇ ਜਾਂ ਸਿੰਕਰੋ ਕੀ ਅਖਬਾਰ ਆ ਗਿਆ ਜੇ ਆਪਣੇ ਘਰੇ ਉਹਨੂੰ ਕੀ ਕਹਿੰਦੇ ਆ ਸਿੰਕਰੋਨਸ ਕਹਿੰਦੇ ਆ ਸਿੰਕਰੋਨਸ ਆਮਨੇ ਸਾਹਮਨੇ ਤੁਸੀਂ ਮੇ ਨਾਲ ਸਿੰਕਰੋਨਸ ਨਾਲ ਜੁੜੇ ਹੋਏ ਹੋ ਤਾਂ ਏਟੀਐਮ ਦੀ ਫੁੱਲ ਫਾਰਮ ਇੱਕ ਇਹ ਵੀ ਹੁੰਦੀ ਹੈ ਤਾਂ ਇਸ ਤਰੀਕੇ ਨਾਲ ਆਪਾਂ ਕਿਸੇ ਵੀ ਡੈਫੀਨੇਸ਼ਨ ਤੋਂ ਜਾਂ ਕਿਸੇ ਵੀ ਐਬ੍ਰੀਵੀਏਸ਼ਨ ਤੇ ਕੋਈ ਵੀ ਗਲਤੀ ਨਹੀਂ ਕਰਨੀ ਹੈਗੀ ਨਾਲ ਇੱਕ ਵਰਡ ਹੋਰ ਹੁੰਦਾ ਜੀ ਕੂਲ মিডিਆ ਕੂਲ মিডিਆ ਦਾ ਮਤਲਬ ਕੀ ਹੋਏਗਾ ਜੀ ਮੋਬਾਈਲ ਫੋਨ ਕਿ ਜਿਹਦੇ ਵਿੱਚ ਆਪਾਂ ਨੂੰ ਹਿਊਮਨ ਇੰਟਰਵੈਂਸ਼ਨ ਇਹ ਹਿਊਮਨ ਦੀ ਜ਼ਰੂਰਤ ਪੈਂਦੀ ਹੈ ਹੁਣ ਏਟੀਐਮ ਦੇ ਕਈਆਂ ਦੀ ਇਨਫੋਰਮੇਸ਼ਨ ਗਲਤ ਆ ਕਈਆਂ ਦੀ ਸਹੀ ਹੈ ਤਾਂ ਆਪਾਂ ਉਹਦੇ ਵਿੱਚ ਇਹੀ ਦੇਖਣਾ ਜਿਹੜੀ ਫਾਈਲ ਤੁਹਾਨੂੰ ਭੇਜੀ ਹੈ ਦਾ ਤੁਸੀਂ ਅਸੈਸ ਕਰੋਗੇ ਏ ਟੂ ਜ਼ेड ਤੱਕ ਇੱਕ ਇੱਕ ਜਿਹੜੀ ਛੋਟੀ ਐਬ੍ਰਿਵੀਏਸ਼ਨ ਹੈ ਉਹ ਤੁਹਾਨੂੰ ਯਾਦ ਹੋਣੀ ਚਾਹੀਦੀ ਹੈ ਜਿਵੇਂ ਤੁਸੀਂ ਕਨਫਿਊਜ਼ ਹੋ ਸਕਦੇ ਸੀ ਜੀਬੀ ਦੀ ਫੁੱਲ ਫਾਰਮ ਹੁਣੀ ਸਮਝਾਈ ਹੈ ਤੁਹਾਨੂੰ ਕਿ ਗੀਗਾ ਵੀ ਹੋ ਸਕਦੀ ਹੈ ਜੀ ਜੀ ਦਾ ਮਤਲਬ ਜੋਬ ਵੀ ਹੋ ਸਕਦੀ ਆਪਾਂ ਕਨਫਿਊਜ਼ ਨਹੀਂ ਹੋਣਾ ਕਿਸੇ ਵੀ ਪੈਟਰਨ 'ਚ ਇਹੀ ਇਸ ਸੀਰੀਜ਼ ਦਾ ਜਿਹੜਾ ਮੇਨ ਏਮ ਹੈ ਸੋਨੂੰ ਵੱਧ ਤੋਂ ਵੱਧ ਪ੍ਰੈਕਟਿਸ ਕਰਵਾਣੀ ਪ੍ਰੀਵਿਅਸ ਇਅਰ ਕੁਐਸਚਨ ਦੇ ਵੀ ਸਾਰੇ ਦੇ ਸਾਰੇ ਸਵਾਲ ਮੈਥ ਦੇ ਰੀਜ਼ਨਿੰਗ ਦੇ ਪੰਜਾਬ ਜੀਕੇ ਦੇ ਤੇ ਕੰਪਿਊਟਰ ਦੇ ਸਾਰੇ ਸੈਕਸ਼ਨ ਕਵਰ ਕੀਤੇ ਜਾਂਦੇ ਆ ਸਿਰਫ ਤੁਹਾਡਾ ਪੇਪਰ ਕਲੀਅਰ ਕਰਵਾਉਣ ਦੇ ਲਈ ਚਲਿਏ ਜੀ ਅੱਗੇ ਨੈਕਸਟਵਾਲ ਤੇ ਚੱਲਦੇ ਆ ਜੀ ਇਨ ਐਮ ਐਸ ਵਰਡ ਐਮ ਐਸ ਵਰਡ ਦੇ ਅੰਦਰ ਕਿਹੜਾ ਪ੍ਰੋਗਰਾਮ ਹੈ ਜਿਹੜਾ ਫਾਰਮੈਟਿੰਗ ਦੇ ਅੰਦਰ ਨਹੀਂ ਆਂਦਾ ਇਹਦੇ ਲਈ ਸੋਨੂੰ ਥੋੜੀ ਜਿਹੀ ਇੱਕ ਵਿਜ਼ੂਅਲਾਈਜੇਸ਼ਨ ਪਾਵਰ ਹੋਰ ਬਤਾਣੀ ਪੈਗੀ ਉੱਪਰ ਇੱਕ ਫੌਂਟ ਵਰਡ ਹੁੰਦਾ ਜਿਹਦੇ ਵਿੱਚ ਆ ਬੀ ਆਈ ਯੂ ਲਿਖਿਆ ਹੁੰਦਾ ਇਧਰਲੇ ਪਾਸੇ ਉਹ ਸਾਰੇ ਅੱਖਰਾਂ ਵਾਲਾ ਪਲੱਸ ਮਾਈਨਸ ਜਾਂ ਲਾਈਨ ਸਪੇਸਿੰਗ ਇੱਥੇ ਦਿੱਤਾ ਹੁੰਦਾ ਵੀ ਲਾਈਨਾਂ ਦੇ ਵਿੱਚ ਕਿੰਨਾ ਫਰਕ ਹੋਣਾ ਚਾਹੀਦਾ ਇੱਥੇ ਉਹ ਲਿਖਿਆ ਹੁੰਦਾ ਜੀ ਪੈਰਾਗ੍ਰਾਫ ਜੇ ਤੁਸੀਂ ਵਰਡ ਖੋਲ੍ਹਦੇ ਹੋ ਤਾਂ ਉਹਦੇ ਉੱਪਰ ਇਹ ਆਪਸ਼ਨ ਹੁੰਦੀ ਹੈ ਇਹ ਮੈਂ ਹਰ ਵਾਰ ਕਲਾਸ ਦੇ ਵਿੱਚ ਕਹਿੰਨਾ ਕਿ ਜਿਹੜਾ ਉੱਪਰਲਾ ਰੀਬਨ ਹੈ ਇਹਨੂੰ ਰੀਬਨ ਵੀ ਕਹਿੰਦੇ ਆ ਜੀ ਜਿਹੜਾ ਉੱਪਰ ਵਾਲਾ ਰੀਬਨ ਹੈ ਉਹਦੇ ਵਿੱਚੋਂ ਇਹ ਚੀਜ਼ ਆਪਾਂ ਦੇਖਣੀ ਹੈ ਇਹ ਨੂੰ ਤੁਹਾਨੂੰ ਕਲਾਸ ਦੇ ਲਾਸਟ ਤੇ ਵੀ ਦੱਸ ਦਾਂਗਾ ਵੀ ਕਿੱਥੇ ਆਏ ਆਪਸ਼ਨ ਤੁਹਾਨੂੰ ਵੈਸੇ ਕਲੀਅਰ ਹੋ ਗਈ ਹੋਗੀ ਵੀ ਆਈਯੂ ਹੈ ਤਾਂ ਪੁੱਛਿਆ ਕਿਹੜਾ ਪੈਰਾਗ੍ਰਾਫ ਇਸ ਡੱਬੇ 'ਚ ਨਹੀਂ ਆਉਂਦਾ ਹੁਣ ਜੇ ਆਪਾਂ ਕੰਮ ਕੀਤਾ ਹੋਊਗਾ ਦੇਖਿਆ ਉਹ ਫੇਰ ਹੀ ਪਤਾ ਹੋਊਗਾ ਉਹ ਜਿਹੜੀ ਅਲਾਈਨਮੈਂਟ ਹੈ ਉਹ ਵੀ ਇਸੇ ਦਾ ਪਾਰਟ ਹੈ ਜਿਹੜੀ ਇੰਡੈਂਟ ਹੈ ਉਹ ਵੀ ਇਸੇ ਦਾ ਪਾਰਟ ਹੈ ਲਾਈਨ ਸਪੇਸਿੰਗ ਆ ਉਹ ਵੀ ਇਸ ਦਾ ਪਾਰਟ ਹੈ ਉਹਨਾਂ ਦਾ ਅੰਡਰਲਾਈਨ ਸਟਾਈਲ ਹੈ ਜਿਹੜਾ ਆਪਾਂ ਦੱਸਿਆ ਬੀ ਬੋਲਡ आई इटाइल लेके ਜਿਹੜਾ ਯੂ ਹੈ ਇਹ ਕਿਹਦਾ ਪਾਰਟ ਹੁੰਦਾ ਜੀ ਫੌਂਟ ਸਾਈਜ਼ ਦਾ ਪਾਰਟ ਹੁੰਦਾ ਹੈ ਇਹ ਆਪਣਾ ਪੂਰੇ ਫਾਰਮੈਟ ਹੈ ਜਾਂ ਪੈਰਾਗ੍ਰਾਫ ਦਾ ਪਾਰਟ ਨਹੀਂ ਹੁੰਦਾ ਇਸ ਤਰੀਕੇ ਦੇ ਸਵਾਲ ਵੀ ਪੇਪਰ ਦੇ ਵਿੱਚ ਆਮ ਤੌਰ ਤੇ ਪੁੱਛੇ ਜਾਂਦੇ ਐ ਇੱਥੋਂ ਤੱਕ ਦੇਖੋ ਜੀ ਕਿਸੇ ਨੂੰ ਕੋਈ ਡਾਊਟ ਹੋਵੇ ਕੋਈ ਚੀਜ਼ ਨਾ ਸਮਝ ਆਈ ਹੋਵੇ ਤਾਂ ਤੁਸੀਂ ਮੇਰੇ ਕੋਲੋਂ ਪੁੱਛ ਸਕਦੇ ਹੋ ਇਹ ਸਵਾਲ ਦਾ ਜਵਾਬ ਇਹਦਾ ਆਨਸਰ ਹੈ ਜੀ फोर्थ ਆਪਸ਼ਨ ਹੈ ਜਿਹੜੀ ਆਪਣੇ ਕੋਲ ਕਿਸੇ ਦੇ ਵਿੱਚ ਨਹੀਂ ਹੁੰਦੀ ਕੁਛ ਬਚੇ ਰੈਪਲਾਈ ਕਿਸੇ ਹੋਰ ਹੀ ਹਿਸਾਬ ਨਾਲ ਆਇਆ ਤਾਂ ਅੰਡਰਲਾਈਨ ਵਾਲਾ ਜਿਹੜਾ ਸਟਾਈਲ ਹੈ ਉਹ ਨੋਟ ਦੇ ਵਿੱਚ ਆਊਗਾ ਹੁਣ ਜੇ ਆਪਣੇ ਕੋਲ 9 ਕੁਐਸ਼ਨਸ ਆਣਗੇ ਤਾਂ ਉਹਦੇ ਵਿੱਚੋਂ 7 ਸਵਾਲ ਜੈਸ ਵਾਲੇ ਆਣਗੇ ਕਿ ਕਿਹੜਾ ਹੈਗਾ 2 ਸਵਾਲ ਇਸ ਤਰੀਕੇ ਨਾਲ ਵੀ ਉਹੀ ਟਾਈਮ ਜਿਵੇਂ ਸਾਨੂੰ ਮੈਂ ਪਹਿਲਾਂ ਕਲਾਸਾਂ ਦੇ ਵੀ ਦੱਸਿਆ ਕਿ ਐਗਜ਼ਾਮੀਨਰ ਤੁਹਾਡਾ ਟਾਈਮ ਤੇ ਕਨਫਿਊਜ਼ ਕਰਨਾ ਚਾਹੁੰਦਾ ਉਹਦਾ ਟਾਈਮ ਕਿਲ ਕਰਵਾਉਣਾ ਚਾਹੁੰਦਾ ਹੈ ਤੇ ਕਨਫਿਊਜ਼ ਕਰਨਾ ਚਾਹੁੰਦਾ ਜਦੋਂ ਨੋਟ ਵਾਲਾ ਸਵਾਲ ਹੁੰਦਾ ਬਸ ਇਹ ਦੇਖ ਲਓ ਕਿਹੜਾ ਹੈਗਾ ਕਿਹੜਾ ਨਹੀਂ ਹੈਗਾ ਪੋਜੀਟਿਵ ਏ ਦੇ ਅੰਦਰ ਜੇ ਆਪਾਂ ਕਨਫਿਊਜ਼ ਹੋ ਗਏ ਸ਼ਾਇਦ ਇਹ ਉੱਧਰ ਸੀ ਸ਼ਾਇਦ ਇਹ ਉੱਧਰ ਸੀ ਤਾਂ ਉਹਦੇ ਵਿੱਚ ਟਾਈਮ ਕਿਲ ਹੋਏਗਾ ਤੁਹਾਡਾ ਕਲੀਅਰ ਹੈ ਜੀ ਸਾਰਿਆਂ ਨੂੰ ਚਲੋ ਜੀ ਮਾਈਕ ਇਜ਼ ਆਲਸੋ ਓਕੇ ਆਡੀਓ ਵੀਡੀਓ ਸਾਰਿਆਂ ਨੂੰ ਵਧੀਆ ਕਲੀਅਰ ਆ ਰਹੀ ਹੈ ਜੀ ਨੈਕਸਟ ਕੁਐਸਚਨ ਜੀ ਇਹਨਾਂ ਦੇ ਵਿੱਚੋਂ ਕਿਹੜਾ ਇੱਕ ਇਹ ਜਾ ਪੁਆਇੰਟ ਹੈ ਜਿਹੜਾ MS ਵਰਡ ਡਾਕੂਮੈਂਟ ਲਈ ਜਾਂਦਾ ਹੈ ਤੇ ਯੂਜ਼ਰ ਉਹਨੂੰ ਕ੍ਰੀਏਟ ਕਰ ਸਕਦਾ ਕਿਸੇ ਪੁਆਇੰਟ ਤੇ ਕਿ ਉਹ ਕਮੈਂਟ ਹੈ ਜਾਂ ਬੁੱਕਮਾਰਕ ਹੈ ਜਾਂ ਹਾਈਪਰਲਿੰਕ ਹੈ ਜਾਂ ਮੈਕਰੋ ਹੈ ਕਿਸੇ ਚੀਜ਼ ਨੂੰ ਪਾਰਟਿਕੂਲਰ ਸਰਚ ਕਰਨ ਵਾਸਤੇ ਕਿਸੇ ਪੁਆਇੰਟ ਵਾਸਤੇ ਉਹ ਕੀ ਕ੍ਰੀਏਟ ਕਰਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਹਾਈਪਰਲਿੰਕ ਉਹ ਬਾਅਦ ਵਿੱਚ ਉਹ ਜਾ ਕੇ ਇੰਟਰਨੈਟ ਦੇ ਉੱਪਰ ਦੇਖ ਸਕਦਾ ਬਾਕੀ ਚੀਜ਼ਾਂ ਦਾ ਕੰਪੈਰੀਜ਼ਨ ਕਰਨ ਲਈ ਹੈ ਜਾਂ ਕੁਝ ਹੋਰ ਚੀਜ਼ਾਂ ਨੂੰ ਐਡ ਕਰਨ ਲਈ ਹੈ ਹਾਈਪਰਲਿੰਕ ਯ ਆਪਣੇ ਕੋਲ ਇੱਕ ਆਪਸ਼ਨ ਜੀ ਨਜ਼ਰ ਆਂਦੀ ਹੈ MS Excel ਆ ਜੀ ਸ਼ਾਰਟਕਾਟ ਪੁੱਛਿਆ ਗਿਆ ਹੈ ਕਿ ਇਹਨਾਂ ਦੇ ਵਿੱਚੋਂ ਕਿਹੜਾ ਕੰਬੀਨੇਸ਼ਨ ਹੈ ਜਿਹੜਾ ਆਪਣੇ ਕੋਲ ਕਰੰਟ ਡੇਟ ਆਪਾਂ ਨੂੰ ਦੱਸੇਗਾ MS Excel ਦੀ ਜਿਹੜੀ ਸ਼ੀਟ ਆ ਉਹ ਵੀ ਭੇਜੀ ਗਈ ਹੈ ਉਹਦੇ ਵਿੱਚ ਕਾਫੀ ਸ਼ਾਰਟਕਟ ਦਿੱਤੇ ਗਏ ਆ ਤਾਂ ਜਿਵੇਂ ਆਪਾਂ ਨੂੰ ਪੁੱਛਿਆ ਕਰੰਟ ਡੇਟ ਬਾਰੇ ਪੁੱਛਿਆ ਗਿਆ ਕਰੰਟ ਡੇਟ ਦੀ ਜਿਹੜੀ অপਸ਼ਨ ਹੁੰਦੀ ਹੈ ਫੰਕਸ਼ਨ ਹੁੰਦਾ ਹੈ ਜਿ ਉਹ ਟੂਡੇ ਦਾ ਫੰਕਸ਼ਨ ਹੁੰਦਾ ਹੈ ਕਿ ਟੂਡੇ ਪਾ ਦਾਂਗੇ ਤਾਂ ਡੇਟ ਆ ਜਾਏਗੀ ਜੇ ਆਪਾਂ ਫੰਕਸ਼ਨ ਨਾ ਉਹ ਯੂਜ਼ ਕਰਾਂਗੇ ਇਸ ਤਰੀਕੇ ਨਾਲ ਤਾਂ ਉਹਦੇ ਵਿੱਚ ਕੀ ਆ ਜਾਏਗਾ ਜੀ ਡੇਟ ਵੀ ਆ ਜਾਏਗੀ ਜੀ ਤੇ ਉਸ ਸਮੇਂ ਜਦੋਂ ਆਪਾਂ ਕੰਮ ਕਰ ਰਹੇ ਆਂ ਜਦੋਂ ਆਪਾਂ ਲਿਖ ਰਹੇ ਆਂ ਨਾਓ ਫੰਕਸ਼ਨ ਆਪਾਂ ਲਿਖ ਰਹੇ ਆਂ ਤਾਂ ਉਹਦੇ ਵਿੱਚ ਡੇਟ ਵੀ ਆਏਗੀ ਤੇ ਟਾਈਮ ਵੀ ਆਏਗਾ ਜਦੋਂ ਆਪਾਂ ਕੰਮ ਕਰ ਰਹੇ ਆਂ ਜਿਵੇਂ ਹੁਣ ਅਪਰੋਕਸੀਮੇਟਲੀ ਜੋ ਸਮਾਂ ਹੋ ਚੁੱਕਿਆ ਡੇਟ ਦੇ ਹਿਸਾਬ ਨਾਲ ਉਹ ਸਮਾਂ ਆਪਾਂ ਲਿਖਾਂਗੇ ਜੋ ਉਹਦੇ ਵਿੱਚ ਕਲਿੱਕ ਹੋ ਕੇ ਆਏਗਾ ਤਾਂ ਇਹਦੇ ਵਿੱਚੋਂ ਕੋਈ ਵੀ ਆਪਸ਼ਨ ਜਿਹੜੀ ਹੈਗੀ ਹੈ ਉਹ ਸਹੀ ਨਹੀਂ ਹੈਗੀ ਨਾ ਤਾਂ ਕੰਟਰੋਲ ਪਲੱਸ ਸ਼ਿਫਟ ਹੈ ਨਾ ਗੱਲਾ ਕੰਟਰੋਲ ਹੈ ਨਾ ਕੰਟਰੋਲ F10 ਹੈ ਤਾਂ ਜਿਹੜਾ ਇਹਦਾ ਆਨਸਰ ਆਏਗਾ ਜੋ ਨਨ ਆਫ ਥੀਸ ਆਏਗਾ ਪਰ ਸੁਣੋ ਇਹ ਸਮਝਾਤਾ ਕਿਸੇ ਪੇਪਰ ਦੇ ਵਿੱਚ ਕੀ ਆਇਆ ਸੀ ਕਿਸੇ ਪੇਪਰ ਦਾ ਮਤਲਬ ਜੋ ਆਪਣਾ ਪਿਛਲੇ ਮੰਡੇ ਡਿਸਕਸ ਹੋਇਆ ਜੀ ਪੇਪਰ ਉਹਦੇ ਵਿੱਚ ਇਹ ਪੁੱਛਿਆ ਗਿਆ ਸੀ ਕਿ ਨਾਓ ਫੰਕਸ਼ਨ ਕਿਹਦੇ ਵਾਸਤੇ ਯੂਜ਼ ਹੁੰਦਾ ਹੈ ਨਾਓ ਯੂਜ਼ ਹੁੰਦਾ ਜੀ ਉਸੇ ਡੇਟ ਵਾਸਤੇ ਤੇ ਪਰਟੀਕੂਲਰ ਟਾਈਮ ਵਾਸਤੇ ਤੇ ਇੱਕ MS Excel ਦੇ ਨਾਲ ਇੱਕ ਫੰਕਸ਼ਨ ਹੋਰ ਪੁੱਛਿਆ ਗਿਆ ਸੀ ਕਿ NPER ਕਾਦੇ ਵਾਸਤੇ ਯੂਜ਼ ਹੁੰਦਾ ਹੈ ਇਹ ਯੂਜ਼ ਹੁੰਦਾ ਜੀ ਜਿਹੜੀਆਂ ਆਪਾਂ ਕੋਈ ਕਰੰਟ ਇਨਸਟਾਲਮੈਂਟ ਹੁੰਦੀ ਹੈ ਜਾਂ ਕੋਈ ਪੇਮੈਂਟ ਪੀਰੀਅਡ ਕੱਢਣਾ ਹੁੰਦਾ ਹੈ ਬਾਈਕ ਤੇ ਆਪਾਂ ਜਿਵੇਂ ਕਿਸ਼ਤ ਵਗੈਰਾ ਭਰਦੇ ਆ ਤਾਂ ਉਸ ਦੇ ਰਿਗਾਰਡਿੰਗ ਇਹ ਐਮਪੀਆਰ ਵਾਲਾ ਫੰਕਸ਼ਨ ਯੂਜ਼ ਹੁੰਦਾ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਫੰਕਸ਼ਨ ਨੇ ਜਿਵੇਂ ਸਮ ਇਫ ਵਾਲਾ ਫੰਕਸ਼ਨ ਹੈ ਰੇਂਜ ਇੱਕ ਵਰਡ ਵਾਲਾ ਫੰਕਸ਼ਨ ਹੈ ਜਾਕਲੀ ਡੇਟ ਲਿਖੀ ਜਾਂਦੇ ਡੀ ਮੀਨਸ ਡੇ ਹੁੰਦਾ ਤਾਂ ਮੰਥ ਮੀਨਸ ਐਮ ਤਾਂ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਤਾਂ ਜਿਹੜੀ ਉਹ ਫਾਈਲ ਹੈ ਉਹ ਤੁਸੀਂ ਟੈਲੀਗ੍ਰam ਚੈਨਲ ਤੋਂ ਅਸੈਸ ਕਰ ਲਓ ਇਹਦਾ ਮੈਸੇਜ ਡ੍ਰੌਪ ਕਰ ਦਿਓ ਡਿਸਕ੍ਰਿਪਸ਼ਨ ਦੇ ਵਿੱਚ ਚੈਟ ਬਾਕਸ ਦੇ ਅੰਦਰ ਤੁਹਾਨੂੰ ਮਿਲ ਜੇਗੀ ਸਾਰੇ ਉਹ ਸ਼ਾਰਟਕਟ ਵਾਲੀ ਫਾਈਲ ਆਹ ਵਾਲਾ ਸਵਾਲ ਕਲੀਅਰ ਹੈ ਜੀ ਸੋ ਥੈਟ ਨਾਲ ਰੈਡੀ ਇਨਫੋਰਮੇਸ਼ਨ ਟੂਡੇ ਵਾਲੀ ਨਾਓ ਵਾਲੀ ਐਨਪੀਆਰ ਵਾਲੀ ਫੰਕਸ਼ਨਸ ਨੂੰ ਸਾਰੇ ਸਮਝ ਆ ਗਏ ਹੋਣਗੇ ਉਮੀਦ ਕਰਦੇ ਹਾਂ ਜੀ ਅਗਲੇ ਸਵਾਲ ਤੇ ਚੱਲਦੇ ਆਂ ਅਗਲਾ ਸਵਾਲ ਕੀ ਕਹਿ ਰਿਹਾ ਜੀ ਇਹਨਾਂ ਦੇ ਵਿੱਚੋਂ ਕਿਹੜੀ ਕਮਿਊਨੀਕੇਸ਼ਨ ਪ੍ਰੋਟੋਕੋਲ ਹੈ ਜਿਹੜਾ ਇੱਕ ਸਟੈਂਡਰਡ ਸੈੱਟ ਕਰਦੀ ਹੈ ਵੈਬ ਬੇਸ ਇਨਫੋਰਮੇਸ਼ਨ ਤੇ ਜਾਣ ਵਾਸਤੇ ਜਿਵੇਂ ਹੁਣ ਆਪਾਂ ਪ੍ਰੋਟੋਕੋਲ ਪੜੀਆਂ ਜੀ ਐਸ ਐਮ ਟੀ ਪੀ ਐਮ ਆਈ ਐਮ ਪੀ او ਪੀ ਆਹ ਵਾਲੀ ਜਿਹੜੀ ਪ੍ਰੋਟੋਕੋਲ ਆ ਇਹ ਈਮੇਲ ਵਾਸਤੇ ਯੂਜ਼ ਹੁੰਦੀ ਹੈ ਆਹ ਵਾਲੀ ਨਾਲ ਟੈਕਸਟ ਵੀ ਲਿਖ ਲੋ ਕਿ ਟੈਕਸਟ ਡਾਕੂਮੈਂਟ ਵਾਸਤੇ ਬੱਚੇ ਦੇਖੋ ਨਾਲ-ਨਾਲ ਸੁਣਦਾ ਤੁਸੀਂ ਰਹੇ ਹੋ ਨਾਲ-ਨਾਲ ਰਨਿੰਗ ਨੋਟਸ ਬਣਾਉਣੇ ਵੀ ਜ਼ਰੂਰੀ ਹੈ ਜਿਵੇਂ ਮੈਂ ਤੁਹਾਡੇ ਲਈ ਸਵਾਲ ਪੜ੍ਹ ਰਿਹਾ ਸਵਾਲ ਦੇ ਨਾਲ ਇਹ ਚੀਜ਼ਾਂ ਨਾਲ ਦਿਖ ਰਿਹਾ ਜੋ ਦੇ ਨਾਲ ਰਿਗਾਰਡਿੰਗ ਜੋ ਮੇਰੇ ਮਨ ਦੇ ਵਿੱਚ ਨਾਲ ਦੇ ਨਾਲ ਚੱਲ ਰਹੀਆਂ ਯਾਦ ਆ ਰਹੀਆਂ ਛੋੜੇ ਸਾਹਮਣੇ ਲਿਖ ਰਹਾ ਇਹਦੇ ਵਿੱਚ ਕੋਈ ਸਾਹਮਣੇ ਤੇ ਹੈ ਨਹੀਂ ਕਿ ਇਧਰ ਕੁਝ ਲੱਗਿਆ ਜਾਂ ਇਧਰ ਕੁਝ ਲੱਗਿਆ ਜੋ ਇਹਦੇ ਐਕਸਟਰਾ ਇਨਫੋਰਮੇਸ਼ਨਾ ਛੋੜਨਾ ਸਾਹਮਣੇ ਸ਼ੇਅਰ ਕੀਤੀ ਜਾ ਰਹੀ ਹੈ ਰਨਿੰਗ ਨੋਟਸ ਨਾਲ ਨਾਲ ਬਣਾਉਂਦੇ ਰੋ ਜੋ ਜੋ ਗੱਲਾਂ ਮੈਂ ਸੁਣ ਨਾਲ ਦੱਸ ਰਿਹਾ ਇੰਪੋਰਟੈਂਟ ਆ ਜਾਂ ਜਿਹੜਾ ਪੁਰਾਣੇ ਪੇਪਰਾਂ ਦੇ ਵਿੱਚ ਪੁੱਛਿਆਗੇ ਮਾਈਮ ਜਿਹੜੀ ਪ੍ਰੋਟੋਕੋਲ ਹੈ ਠੀਕ ਹੈ ਜੀ ਮਲਟੀਮੀਡੀਆ ਇੰਟਰਨੈਟ ਪਰਪਸ ਲਈ ਯੂਜ਼ ਕੀਤੀ ਜਾਂਦੀ ਇਹ ਵੀ ਈਮੇਲ ਦੇ ਅੰਦਰ ਯੂਜ਼ ਕੀਤੀ ਜਾਂਦੀ ਹੈ ਲੇਕਿਨ ਇਹਦੇ ਅੰਦਰ MP3 प्लस टेक्स्ट ਦੋਨੇ ਹੀ ਆਪਾਂ ਚੀਜ਼ਾਂ ਸੈਂਡ ਕਰ ਸਕਦੇ ਆ ਪੀਓਪੀ ਪੋਸਟ ਆਫਿਸ ਪ੍ਰੋਟੋਕੋਲ ਹੁੰਦੀ ਹੈ ਇਹ ਆਪਣੀ ਜੀ ਲੌਗ ਇਨ ਪਲੱਸ ਲੌਗ ਆਊਟ ਲਈ ਕੰਮ ਆਉਂਦੀ ਹੈ ਜਦੋਂ ਸਰਵਰ ਕੋਲ ਰਿਕਵੈਸਟ ਭੇਜੀ ਜਾਂਦੀ ਹੈ ਬਟ ਆਪਾਂ ਨੂੰ ਇੱਥੇ ਵੈਬ ਬੇਸ ਇਨਫੋਰਮੇਸ਼ਨ ਪੁੱਛਿਆ ਤਾਂ ਉਹ ਜਿਹੜੀ ਆਪਾਂ ਆਪਾਂ ਓਪਨ ਕਰਦੇ ਆ ਜੀ ਐਚਟੀਟੀਪੀ ਲਗਾ ਕੇ www.google.com ਕਰਕੇ ਉਹ ਆਪਾਂ ਐਚਟੀਟੀਪੀ ਲਈ ਕਰਦੇ ਹਾਂ ਪਰ ਜਿਹੜੀ ਲੈਂਗੁਏਜ ਬਣਾਉਂਦੀ ਹੈ ਇਹ ਲੈਂਗੁਏਜ ਹੈ ਜੀ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਜੋ ਉਹ ਪੇਜ ਨੂੰ ਡਿਜ਼ਾਈਨ ਕਰਦੀ ਹੈ ਤਾਂ ਆਪਣੇ ਕੋਲ ਜਿਹੜੀ ਇਨਫਰਮੇਸ਼ਨ ਹੈ ਉਹ ਹੈ ਜੀ ਐਸਟੀਟੀਪੀ ਇਹ ਵੀ ਇੱਕ ਐਕਸਟਰਾ ਮਾਰਕਅਪ ਲੈਂਗੁਏਜ ਹੈ ਡੀਐਮਐਲ ਕੁਝ ਨਹੀਂ ਜੀ ਤਾਂ ਇਹ ਸਾਰੀਆਂ ਜਿਹੜੀਆਂ ਪ੍ਰੋਟੋਕੋਲ ਦਾ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ ਐਸਐਮਟੀਪੀ ਇੱਕ ਆਈਐਮ ਇੰਸਟੈਂਟ ਮੈਸੇਜ ਓਵਰ ਪ੍ਰੋਟੋਕੋਲ ਆਈਐਮਐਪ ਵੀ ਮੈਸੇਜਿੰਗ ਲਈ ਕੰਮ ਆਂਦੀ ਹੈ ਮਾਈਮੋਗੀ ਜੀ ਪੀਓਪੀ ਹੋ ਗਿਆ ਤੇ ਆਪਣਾ ਜਿਹੜਾ ਇਹਦਾ ਆਨਸਰ ਮੰਨਦਾ ਜੂ ਐਚਟੀਟੀਪੀ ਮੰਨਦਾ ਹੈ ਜਿਹੜੀ ਕਮਿਊਨੀਕੇਸ਼ਨ ਪ੍ਰੋਟੋਕੋਲ ਆ ਸਟੈਂਡਰਡ ਸੈੱਟ ਕਰਦੀ ਹੈ ਐਚਟੀਟੀਪੀ ਹਾਈਪਰਟੈਕਸਟ ਟ੍ਰਾਂਸਫਰ ਪ੍ਰੋਟੋਕੋਲ ਉਹ ਜੀ ਹਾਈਪਰਟੈਕਸਟ ਮਾਰਕਅਪ ਲੈਂਗੁਏਜ ਇਹਦੇ ਵਿੱਚ ਪੇਜ ਡਿਜ਼ਾਈਨ ਹੁੰਦਾ ਇਹ ਪ੍ਰੋਟੋਕੋਲ ਡਿਸਾਈਡ ਕਰਦੀ ਹੈ ਐਨੀ ਡਾਊਟ ਜੀ ਇੱਥੋਂ ਤੱਕ ਨੈਕਸਟ ਕੁਐਸਚਨ ਜੀ ਸਾਰਿਆਂ ਨੂੰ ਕਲੀਅਰ ਹੈ ਜੀ ਰਿਪਲਾਈ ਕਰਕੇ ਦੱਸੋ MS Word ਦੇ ਅੰਦਰ ਕਿਹੜਾ ਸ਼ਾਰਟਕਟ ਹੈ ਜਿਹੜਾ ਆਪਣਾ ਸਪੈਲਿੰਗ ਨੂੰ ਚੈੱਕ ਕਰਦਾ ਹੈ ਤੇ ਨਾਲ ਗ੍ਰਾਮਰ ਵੀ ਚੈੱਕ ਕਰਦਾ ਹੈ ਸਪੈਲਿੰਗ ਹੈ ਜੀ ਗ੍ਰਾਮਰ ਹੈ F5 ਦਾ ਕੱਲਾ ਜਿ ਉਹਦੇ ਵਿੱਚ ਯੂਜ਼ ਹੁੰਦਾ ਹੈ ਪਾਵਰਪੁਆਇੰਟ ਦੇ ਅੰਦਰ ਸਲਾਈਡ ਸ਼ੋ ਚਲਾਉਣ ਲਈ ਤਾਂ ਜਿਹੜਾ F7 ਹੈ ਉਹ ਆਪਣਾ ਸਪੈਲਿੰਗ ਤੇ ਗ੍ਰਾਮਰ ਨੂੰ ਚੈੱਕ ਕਰਨ ਲਈ ਆਂਦਾ ਹੈ ਤੁਸੀਂ ਦੇਖਿਆ ਹੋਊਗਾ ਜੀ ਜਦੋਂ ਆਪਾਂ ਲਿਖਦੇ ਆਂ ਕੁਝ ਰੈੱਡ ਅੱਖਰ ਦੇ ਵਿੱਚ ਆਂਦਾ ਹੈ ਇਹਦਾ ਮਤਲਬ ਕੀ ਹੈ ਜੀ ਉਹਦੇ ਵਿੱਚ ਸਪੈਲਿੰਗ ਐਰਰ ਹੈਗੀ ਉਹਦੇ ਵਿੱਚ ਕਈ ਵਾਰੀ ਗ੍ਰੀਨ ਲਾਈਨ ਤੁਸੀਂ ਦੇਖੀ ਹੁੰਦੀ ਹੈ ਗ੍ਰੀਨ ਦਾ ਮਤਲਬ ਕੀ ਹੁੰਦਾ ਜੀ ਗ੍ਰਾਮਰ ਦੀ 에ਰਰ ਹੈ ਗ੍ਰੀਨ ਦਾ ਮਤਲਬ ਗ੍ਰਾਮਰ ਦੀ 에ਰਰ ਹੈ ਕਈ ਵਾਰ ਉਹਦੇ ਵਿੱਚ ਬਲੂ ਵੀ ਆ ਜਾਂਦਾ ਕਈ ਵਾਰੀ ਜੇ ਤੁਸੀਂ ਗੌਰ ਕੀਤਾ ਹੋਵੇ ਟਾਈਪ ਕੀਤਾ ਹੋਵੇ ਕੋਈ ਅੱਖਰ ਆਪਾਂ ਟਾਈਪ ਕਰਦੇ ਉਹਦੇ ਵਿੱਚ ਰੈੱਡ ਆ ਜਾਂਦਾ ਉਹਦਾ ਮਤਲਬ ਕੀ ਸਪੈਲਿੰਗ ਗਲਤ ਹੈ ਜੇ ਉਹਦੇ ਵਿੱਚ ਗ੍ਰੀਨ ਆਂਦਾ ਹੈ ਤਾਂ ਮਤਲਬ ਕੀ ਗਰਮੈਟਿਕਲ 에ਰਰ ਆ ਕੁਝ ismar ਦੇ ਕੁਝ ਸੈਂਟੈਂਸ ਦੀ ਦੇ ਵਿੱਚ ਕੋਈ ਪ੍ਰੋਬਲਮ ਹੈ ਬਲੂ ਦਾ ਮਤਲਬ ਕੀ ਹੁੰਦਾ ਜਿਹੜਾ ਉਹਦਾ ਸਿੰਟੈਕਸ ਹੈ ਉਹ ਆਪ ਨੂੰ ਗਲਤ ਨਜ਼ਰ ਆ ਰਿਹਾ ਹੁੰਦਾ ਹੈ ਜਾਂ ਫਿਰ ਕਈ ਵਾਰ ਆਪਾਂ ਯੂਜ਼ ਕਰਦੇ ਹਾਂ ਉੱਥੇ ਰਾਈਟ ਕਲਿੱਕ ਕਰਕੇ ਇਗਨੋਰ ਵਾਂਸ ਯੂਜ਼ ਕਰਦੇ ਨੇ ਇੱਕ ਵਾਰ ਇਹਨੂੰ ਗਨੋਰ ਕਰੋ ਇਹਦਾ ਡਾਕੂਮੈਂਟ ਦਾ ਪ੍ਰਿੰਟ ਕਟੋ ਤਾਂ ਇਹ ਚੀਜ਼ਾਂ ਬਾਰੇ ਵੀ ਸੁਣੋ ਹੋ ਸਕਦਾ ਪੁੱਛਿਆ ਜਾ ਸਕੇ ਬਟ ਇਹਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਰੈੱਡ ਗ੍ਰੀਨ ਬਲੂ ਬਾਰੇ ਕੀ ਹੁੰਦਾ ਤੇ F7 ਕਿਹੜਾ ਹੁੰਦਾ ਜੀ ਇਹ ਸ਼ਾਰਟਕੱਟ ਕਮਾਂਡ ਯੂਜ਼ ਹੁੰਦੀ ਹੈ ਸਾਰੇ ਬੱਚਿਆਂ ਨੂੰ ਕਲੀਅਰ ਹੈ ਜੀ ਮੋਸਟਲੀ ਬੱਚਿਆਂ ਦਾ ਸਹੀ ਆਨਸਰ ਹੈ ਇਨਾ ਵੀ ਬੱਚਿਆਂ ਨੇ ਦਿੱਤਾ ਇਕ ਤੀਰ ਮੈਂ ਹੋਰ ਹਮੇਸ਼ਾ ਦਾਜ਼ਾ ਹੁੰਨਾ ਜਿਵੇਂ ਐਮਸੀਕਿਊ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਐਮਸੀਕਿਊ ਸੀਰੀਜ਼ ਹੀ ਹੈ ਪੁਰਾਣੇ ਨਾਲ ਜਿੰਨੀ ਪ੍ਰੈਕਟਿਸ ਤੁਸੀਂ ਫਾਸਲੇ ਨੂੰ ਦੇਖੋ ਕਿੰਨਾ ਫਾਸਟ ਆਪਾਂ ਕਰ ਰਹੇ ਹਾਂ ਨਾਲ-ਨਾਲ ਬੋਲ ਰਹੇ ਹਾਂ ਨਾਲ-ਨਾਲ ਸੁਣੋ ਨਾਲ-ਨਾਲ ਚੀਜ਼ਾਂ ਚੱਲ ਰਹੀਆਂ ਨੇ ਜਿੰਨਾ ਤੁਸੀਂ ਇਹ ਕਰਨਗੇ ਉਨਾ ਹੀ ਤੁਹਾਨੂੰ ਬੈਨੀਫਿਟ ਹੈ ਛੋਰੀ ਦਾ ਆਪਾਂ ਬਹੁਤ ਸਮਾਂ ਹੋ ਗਿਆ ਪੜਦਿਆਂ ਨੂੰ ਹੁਣ ਜਿਹੜਾ ਸਮਾਂ ਹੈ ਜੀ ਪ੍ਰੈਕਟਿਸ ਕਰਨ ਦਾ ਸੋ ਦੈਟ ਆਪਾਂ ਪਟਵਾਰੀ 2023 ਨੂੰ ਕੁਆਲੀਫਾਈ ਕਰੀਏ ਫਾਇਰਵਾਲ ਜਿਵੇਂ ਕਿ ਪੈਟਰਨ ਵਾਈਜ਼ ਆਪਾਂ ਦੱਸਿਆ ਕਿ ਜਿਹੜਾ ਵਾਇਰਸ ਹੈ ਜਾਂ ਸਿਕਿਉਰਿਟੀ ਵਾਲਾ ਚੈਪਟਰ ਹੈ ਉਹ ਕਾਫੀ ਇੰਪੋਰਟੈਂਟ ਹੈ ਜਾਂ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲਦੇ ਆ ਟ੍ਰੈਂਡਿੰਗ ਕਹਿ ਲਓ ਹੌਟ ਫੇਵਰੇਟ ਕਹਿ ਲਓ ਐਗਜ਼ਾਮੀਨਰ ਦਾ ਅੱਜਕਲ ਜੋ ਵੀ ਅਟੈਕਸ ਹੋ ਰਿਹਾ ਆਨਲਾਈਨ ਸਪੂਫਿੰਗ ਹੋ ਰਹੀ ਹੈ ਪੈਸੇ ਲਿੱਤੇ ਜਾ ਰਹੇ ਨੇ ਤਾਂ ਫਾਇਰਵਾਲ ਪੁੱਛਿਆ ਗਿਆ ਕੀ ਹੈ ਕਿ ਉਹ ਵਾਇਰਸ ਹੈ ਜਾਂ ਵਾਰਮ ਹੈ ਜਾਂ ਕੋਈ ਸਿਕਿਉਰਿਟੀ ਪਰਪਸ ਹੈ ਜਾਂ ਨਾਨ ਆਫ ਥੀਸ ਹੁਣ ਵਾਇਰਸ ਦੀ ਜੇ ਕਿਸੇ ਨੂੰ ਫੁੱਲ ਫਾਰਮ ਪੁੱਛੀ ਜਾਵੇ ਦੱਸ ਸਕਦੇ ਹੋ ਜੀ ਵਾਇਰਸ ਦੀ ਫੁੱਲ ਫਾਰਮ ਜਲਦੀ ਨਾਲ ਟਾਈਪ ਕਰੋ ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਸ ਵਾਇਰਸ ਦੀ ਫੁੱਲ ਫਾਰਮ ਹੈ ਜੀ ਜਿਵੇਂ ਆਪਾਂ ਨਾਰਮਲ ਕੈਪਚਾ ਵੀ ਭਰਦੇ ਆ ਕੈਪਚਾ ਭਰਦੇ ਨਾ ਜੀ ਉੱਪਰ نیچے ਕਰਕੇ ਉਹ ਸਾਰਾ ਲੈਟਰ ਜ ਆ ਏ ਐ ਕਰਕੇ ਏ ਬੀ ਸੀ ਐਦਾਂ ਕਰਕੇ ਦਿੱਤਾ ਹੋਇਆ ਹੁੰਦਾ ਇਦੇ ਵਿੱਚ ਹੁੰਦਾ ਕੰਪਲੀਟਲੀ ਆਟੋਮੇਟਡ ਪਿਉਰਿੰਗ ਟੈਸਟ ਪਿਉਰਿੰਗ ਟੈਸਟ ਫਾਰ ਦੀ ਕੰਪਿਊਟਰ ਟੂ ਸੈੱਡ ਅਬਾਊਟ ਕੰਪਿਊਟਰ ਐਂਡ ਹਿਊਮਨਸ ਆਰ ਅਪਾਰਟ ਕੈਪਚਾ ਦਾ ਇਹ ਫੁੱਲ ਫਾਰਮ ਹੈ ਕਿ ਕੰਪਿਊਟਰ ਨੂੰ ਦੱਸਣਾ ਕਿ ਜਿਹੜਾ ਇਨਸਾਨ ਹੈ ਤੇ ਕੰਪਿਊਟਰ ਕਾਫੀ ਦੂਰ ਦੂਰ ਨੇ ਜਾਂ ਇਹ ਨਹੀਂ ਹੈਗਾ ਕਿ ਜਿਹੜਾ ਉਹ ਫਿਲ ਕਰ ਰਿਹਾ ਹੈ ਕਿ ਕੋਈ ਕੋਈ ਹੋਰ ਪਰਸਨ ਕਰ ਰਿਹਾ ਹੈ ਜਾਂ ਫਿਰ ਆਪਾਂ ਉਹਦੇ ਕਲਿੱਕ ਕਰਦੇ ਆ ਕਿ ਜੀ ਆਈ ਐਮ ਅ ਰੋਬੋਟ ਕਰਕੇ ਕਲਿੱਕ ਕਰਦੇ ਆ ਕੁਝ ਉਹ ਪਜ਼ਲ ਦੀ ਵੀ ਆਪਾਂ ਨੂੰ ਪੁੱਛਦੇ ਤਾਂ ਕੈਪਚਾ ਬਾਰੇ ਵੀ ਪੁੱਛਿਆ ਜਾ ਸਕਦਾ ਹੈ ਤਾ ਵਾਇਰਸ ਦੀ ਫੁੱਲ ਫਾਰਮਸ ਨੂੰ ਮੈਂ ਦੱਸ ਚੁੱਕਿਆ ਹਾਂ ਜੀ ਵਾਈਟਲ ਇਨਫੋਰਮੇਸ਼ਨ ਰਿਸੋਰਸ ਅੰਡਰ ਸੀਜ਼ ਹੈ ਫਾਰਮ ਦੀ ਇਨਫੋਰਮੇਸ਼ਨ ਕੀ ਹੈ ਜੀ ਜਿਹੜੀ ਐਬ੍ਰੀਵੀਏਸ਼ਨ ਹੈ ਰਾਈਟ ਵਾਂਸ ਰੀਡ ਮੈਨੀ ਰਾਈਟ ਵਾਂਸ ਰੀਡ ਮੈਨੀ ਤਾਂ ਇਹ ਜਿਹੜੇ ਦੋਵੇਂ ਪਾਰਟ ਨੇ ਇਹ ਵਾਇਰਸ ਦੀ ਕੈਟਾਗਰੀ ਹੈ ਵਾਇਰਸ ਲਈ ਹਿਊਮਨ ਇੰਟਰਵੈਂਸ਼ਨ ਜੈਨਦੀ ਹੁੰਦੀ ਹੈ ਕਿ ਪੈਨ ਡਰਾਈਵ ਆਪਾਂ ਲਗਾਈ ਜਾਂ ਕਿਸੇ ਚੀਜ਼ ਨੂੰ ਕਲਿੱਕ ਕੀਤਾ ਜਿਹੜੀ ਵਾਇਰਸ ਦੀ ਜਿਹੜੀ ਫਾਈਲ ਆ ਡਾਟ ਐਕਸੀ ਫਾਈਲ ਹੋਊਗੀ ਐਗਜ਼ੀਕਿਊਟੇਬਲ ਫਾਈਲ ਹੋਊਗੀ ਵਾਰਮ ਆਪਣੇ ਆਪ ਹੀ ਮਲਟੀਪਲਾਈ ਹੁੰਦਾ ਰਹੂਗਾ ਉਹਦੇ ਵਿੱਚ ਹਿਊਮਨ ਦੀ ਕਿਸੇ ਵੀ ਇੰਟਰਵੈਂਸ਼ਨ ਦੀ ਜਾਂ ਹਿਊਮਨ ਦੀ ਕੋਈ ਜ਼ਰੂਰਤ ਨਹੀਂ ਹੈਗੀ ਇਨਸਾਨੀ ਤੌਰ ਤੇ ਤਾਂ ਜਿਹੜਾ ਫਾਇਰਵਾਲ ਹੈ ਇੱਕ ਸਿਕਿਉਰਿਟੀ ਪਰਪਸ ਹੈ ਜੋ ਆਪਾਂ ਨੂੰ ਇੰਟਰਨੈਟ ਤੇ ਜਦੋਂ ਆਪਾਂ ਸਰਫ ਕਰ ਰਹੇ ਹੁੰਦੇ ਆ ਉਦੋਂ ਆਪਾਂ ਨੂੰ ਕਾਫੀ ਸਾਰੇ ਚੀਜ਼ਾਂ ਤੋਂ ਆਪਾਂ ਨੂੰ ਸੇਵ ਕਰਦਾ ਆ ਸਾਰੀ ਇਨਫੋਰਮੇਸ਼ਨ ਨੋਟ ਕਰ ਲਈ ਜੇ ਤੁਸੀਂ ਜਲਦੀ ਜਲਦੀ ਰਿਪਲਾਈ ਕਰੋ ਕੋਈ ਚੀਜ਼ ਨਹੀਂ ਸਮਝਾਈ ਤਾਂ ਵੀ ਤੁਸੀਂ ਦੱਸ ਸਕਦੇ ਹੋ ਤਾਂ ਇਸੇ ਦੇ ਨਾਲ ਹੀ ਆਪਣੀ ਜਿਹੜੀ ਅੱਜ ਦੀ ਕਲਾਸ ਹੈ ਉਹ ਕੰਪਲੀਟ ਹੁੰਦੀ ਹੈ ਤਾਂ ਇਹਦੇ ਅੰਦਰ ਅੱਜ ਆਪਾਂ ਨੇ ਡਿਸਕਸ ਕੀਤਾ ਜੀ ਜੋ ਪੁਰਾਣੇ ਪੇਪਰਾਂ ਦੇ ਵਿੱਚ ਸਵਾਲ ਆਏ ਹੋਏ ਹੈ ਉਹਦਾ ਸੁਣ ਮੈਂ ਏਮ ਵੀ ਦੱਸ ਚੁੱਕਿਆ ਅਕੈਡਮੀ ਦਾ ਕਿ ਵੈਟਰਨ ਅਕੈਡਮੀ ਨੇ ਜਿਹੜਾ ਏਮ ਕੀ ਤੁਸੀਂ ਪੁਰਾਣੇ ਦੀ ਪ੍ਰੈਕਟਿਸ ਨਾਲ ਕਰੋ ਕਿ ਉਸ ਨੂੰ ਇੱਕ ਤਰੀਕੇ ਦਾ ਟੇਸਟ ਪੜਾ ਚੱਲ ਜਾਏ ਕਿਸ ਤਰੀਕੇ ਦੇ ਸਵਾਲ ਹੁੰਦੇ ਆ ਕਿਸ ਤਰੀਕੇ ਉਹ ਤੇ ਸ਼ਬਦਾਵਲੀ ਯੂਜ਼ ਪੇਪਰ ਦੇ ਅੰਦਰ ਕੀਤੇ ਜਾਂਦੀ ਹੈ ਤੇ ਮਾਈਂਡ ਉਸ ਸੀਜ਼ ਨਾਲ ਰੈਡੀ ਹੋ ਜਾਂਦਾ ਕਿ ਇਸ ਤਰੀਕੇ ਦਾ ਸਵਾਲ ਮੈਨੂੰ ਕੀਤਾ ਜਾ ਸਕਦਾ ਹੈ ਤੇ ਮੈਨੂੰ ਇਸ ਨੂੰ ਇਸ ਤਰੀਕੇ ਨਾਲ ਅਟੈਂਪਟ ਕਰਨਾ ਹੈ ਜਾਂ ਇਸ ਤਰੀਕੇ ਨਾਲ ਇਹ ਆਪਸ਼ਨ ਆ ਉਹਦੇ ਵਿੱਚੋਂ ਚੂਜ਼ ਕਰਨੇ ਹਨ ਨੈਕਸਟ ਪੇਪਰ ਵੀ ਬਹੁਤ ਜਲਦੀ ਡਿਸਕਸ ਕਰਾਂਗੇ ਉਹਦੀ ਟਾਈਮਿੰਗ ਵੀ ਤੁਹਾਨੂੰ ਆ ਜਾਈਗੀ ਜੀ ਮੋਸਟਲੀ ਆਪਣੀ ਮਾਰਨਿੰਗ 7:00 ਟਾਈਮਿੰਗ ਹੁੰਦੀ ਹੈ ਬਟ ਮੇਰਾ ਸੈਸ਼ਨ ਕਈ ਵਾਰ ਅੱਗੇ ਹੁੰਦਾ ਜੀ ਕਈ ਵਾਰ ਪਿੱਛੇ ਹੁੰਦਾ ਹੈ ਅਕੋਰਡਿੰਗ ਟੂ ਦੀ ਪੇਪਰ ਇਨ੍ਹਾਂ ਸ਼ਬਦਾਂ ਨਾਲ ਬਹੁਤ-ਬਹੁਤ ਧੰਨਵਾਦ ਜੀ ਜੁੜਨ ਲਈ ਥੈਂਕ ਯੂ ਸੋ ਵੈਰੀ ਮਚ ਤੇ ਬਹੁਤ ਵਧੀਆ ਤੇ ਕਨਾ ਪੜਾਈ ਕਰਦੇ ਰਹੋ ਤੇ ਇਹਨਾਂ ਨੂੰ ਰਿਵਾਈਜ਼ ਕਰ ਲੈਣਾ ਇਹ ਸਾਰੀਆਂ ਫਾਈਲ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਅਵੇਲੇਬਲ ਨੇ ਟੇਕ ਕੇਅਰ ਜੀ ਗੋਡ ਬlesਸ ਯੂ ਆਲ ਥੈਂਕ ਯੂ ਸੋ ਵੈਰੀ ਮਚ ਆਰੀ